ਫਰੀਦਾ ਦਰਿਆ ਵੈ ਕੰਨੇ ਬਗੁਲਾ ਬੈਠਾ ਕੀਲ ਕਰੀ ਕੀਲ ਕਰਿੰਦੇ ਹੰਝਨੋ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਲੀ ਰੱਬ ਕੀਆਂ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਲੀ ਰੱਬ ਕੀਆਂ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਅੰਦਰ ਅਤਿ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਦੀ ਬਲਵੀਰ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਗੁਰੂ ਪਿਆਰ ਵਾਲੇ ਗੁਰੂ ਸਵਾਰੀ ਸਤਸੰਗੀ ਜਨ ਸ਼ਬਦ ਵਰਤਿਆ ਜਾਂਦਾ ਹੈ ਅੰਤਮ ਅਰਦਾਸ ਗੁਰੂ ਕਰਕੇ ਕੀਰਤਨੀਏ ਸਿੰਘ ਭਗਤ ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਆਪ ਜੀ ਨੂੰ ਸਰਵਨ ਕਰਵਾ ਰਹੇ ਸੀ ਰਾਮ ਸਿਮਰ ਪਛਤਾਹੇ ਗਾਮਨ ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ ਅਖੀਰ ਦੇ ਬਚਨ ਸਨ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁੱਖ ਲੈ ਕੇ ਜਾਹੇਗਾ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਇੱਥੋਂ ਹੀ ਗੁਰਮੁਖੋ ਅੱਜ ਆਪਾਂ ਆਓ ਇਸ ਪਾਵਨ ਬਚਨਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਜਿਤਨੇ ਆਪ ਬੈਠੇ ਹੋ ਆਰੰਭਤਾ ਤੋਂ ਪਹਿਲਾਂ ਪਿਆਰ ਸਹਿਤ ਅਸੀਸ ਬਖਸ਼ਦਿਆਂ ਹੋਇਆਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ ਰਾਮ ਸਿਮਰ ਪਛਤਾਹੇਗਾ ਮਨ ਐ ਮੇਰੇ ਮਨਾ ਤੂੰ ਪਛਤਾਏਗਾ ਪਛਤਾਉਣਾ ਨਾ ਪਵੇ ਇਹਦੇ ਲਈ ਕੀ ਕਰਾਂ ਕਹਿਣ ਲੱਗੇ ਰਾਮ ਸਿਮਰ ਪੁੱਛਿਆ ਜੀ ਕਿਉਂ ਪਛਤਾਵਾਂਗਾ ਤੋ ਜਵਾਬ ਮਿਲਦਾ ਪਾਪੀ ਜੀਰਾ ਲੋਭ ਕਰਤ ਹੈ ਜਿਹੜਾ ਤੇਰਾ ਜੀ ਆ ਨਾ ਇਹ ਪਾਪੀ ਬਣ ਗਿਆ ਪਾਪੀ ਜੀਰਾ ਜਿਹੜਾ ਤੇਰਾ ਜੀ ਆ ਜੀਰਾ ਕਿਹਾ ਤੁਹਾਨੂੰ ਤੇਰੀ ਜਿੰਦੜੀ ਹੈ ਜਿਹੜੀ ਜਿਹੜੀ ਤੇਰੀ ਆਤਮਾ ਹੈ ਉਹ ਪਾਪੀ ਬਣ ਗਈ ਹੈ ਕਿਉਂ ਪਾਪੀ ਬਣੀ ਹੈ ਜੀ ਕਹਿਣ ਲੱਗੇ ਲੋਭ ਕਰਤ ਹੈ ਇਹ ਮਨ ਲੋਭੀ ਬਣ ਗਿਆ ਇਹ ਮਨ ਲੋਭ ਕਰਦਾ ਇਸ ਕਰਕੇ ਪਾਪੀ ਬਣ ਗਿਆ ਆਜ ਕਾਲ ਉੱਠ ਜਾਹੇਗਾ ਅੱਜ ਜਾਂ ਕੱਲ੍ਹ ਤੂੰ ਇੱਥੋਂ ਉੱਠ ਕੇ ਚਲੇ ਜਾਣਾ ਅਸੀਂ ਗੁਰਮੁਖੋ ਜਿੰਨੇ ਬੈਠੇ ਹਾਂ
ਅਸੀਂ ਸਾਰੇ ਇਸ ਗੱਲ ਨੂੰ ਮੰਨਦੇ ਹਾਂ ਨਾ ਵੀ ਜੋ ਉਪਜਿਓ ਸੋ, ਸਾਰੇ ਬੋਲੋ, ਜੋ ਉਪਜਿਓ ਸੋ ਬਿਨਸ ਹੈ, ਜੋ ਵੀ ਉਪਜਿਆ, ਜੋ ਵੀ ਪੈਦਾ ਹੋਇਆ, ਇੱਕ ਨਾ ਇੱਕ ਦਿਨ ਬਿਨਸ ਜਾਣਾ ਹੈ। ਇਸੇ ਬਿਨਸਨਹਾਰ ਨੂੰ ਹੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ, ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਈ। ਮੈਂ ਯਤਨ ਕਰਦਾ ਵੀ ਸੌਖੇ ਆਪਾਂ ਪ੍ਰਮਾਣ ਲੈ ਕੇ ਗੱਲ ਨੂੰ ਸਮਝੀਏ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਨੇ, ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ। ਬੰਦਿਆਂ ਕਿਉਂ ਚਿੰਤਾ ਕਰਦਾ, ਇਹ ਅਣਹੋਣੀ ਤਾਂ ਨਹੀਂ ਹੋਈ, ਇਹ ਤਾਂ ਹੋਣ ਵਾਲੀ ਗੱਲ ਹੈ, ਹਰ ਘਰੇ ਹੁੰਦੀ ਹੈ, ਹਰ ਦੇਸ਼ ਦੇ ਵਿੱਚ ਹੁੰਦੀ ਹੈ, ਹਰ ਸਮਾਜ ਦੇ ਵਿੱਚ ਹੁੰਦੀ ਹੈ। ਇਕੱਲੀ ਮੌਤ ਹੈ ਜਿਹੜੀ, ਇਹ ਮਨੁੱਖਾਂ ਦੇ ਵਿੱਚ ਨਹੀਂ ਹੁੰਦੀ, ਪਸ਼ੂ ਪੰਛੀਆਂ ਦੇ ਵਿੱਚ ਵੀ ਹੁੰਦੀ ਹੈ। ਕਹਿਣ ਲੱਗੇ ਅਣਹੋਣੀ ਨਹੀਂ ਹੈ, ਇਹ ਤਾਂ ਹੋਣ ਵਾਲੀ ਗੱਲ ਹੈ। ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ। ਇਹ ਮਾਰਗ ਸੰਸਾਰ ਕੋ, ਇਹ ਜੋ ਸੰਸਾਰ ਦਾ ਮਾਰਗ ਹੈ, ਜੰਮਣ ਤੋਂ ਲੈ ਕੇ ਮਰਨ ਤੱਕ ਇੱਕ ਮਾਰਗ ਹੈ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਇਹਦੇ ਵਿੱਚ ਕੋਈ ਵੀ ਸਥਿਰ ਨਹੀਂ ਰਿਹਾ, ਸਦਾ ਨਹੀਂ ਰਿਹਾ ਕੋਈ ਵੀ। ਇੱਕ ਬਚਨ ਗੁਰਮੁਖੋਂ ਫਿਰ ਆਪਾਂ ਹੋਰ ਪੜ੍ਹਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਪਾਤਸ਼ਾਹ ਕਹਿੰਦੇ, ਤੂੰ ਤਾਂ ਆਮ ਇਨਸਾਨ ਹੈ, ਤੂੰ ਤਾਂ ਆਮ ਹੈ, ਪਰ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਨੇ ਰਾਮ ਗਇਓ ਅਵਤਾਰ ਕਹਿ ਕੇ ਪੂਜਿਆ, ਜਿਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਨੇ ਰੱਬ ਕਹਿ ਕੇ ਪੂਜਾ ਕੀਤੀ, ਵੀ ਸਾਡੇ ਰਾਮ ਜੀ ਰੱਬ ਨੇ, ਗਇਓ, ਪਾਤਸ਼ਾਹ ਕਹਿੰਦੇ ਉਹ ਵੀ ਗਏ, ਰਾਵਣ ਗਇਓ। ਫਿਰ ਬਚਨ ਕੀਤਾ, ਕਹਿਣ ਲੱਗੇ, ਇਕੱਲਾ ਰਾਮ ਜੀ ਨਹੀਂ ਗਏ, ਇੰਨਾ ਵੱਡਾ ਯੋਧਾ ਮਹਾਂਬਲੀ ਸੂਰਮਾ ਪੜ੍ਹਿਆ ਲਿਖਿਆ ਵਿਦਵਾਨ ਪੰਡਿਤ ਰਾਵਣ ਵੀ ਸੰਸਾਰ ਤੋਂ ਗਿਆ। ਨਾ ਤੂੰ ਰਾਵਣ ਵਰਗਾ ਅਮੀਰ ਹੋ ਸਕਦਾ, ਨਾ ਤੂੰ ਰਾਵਣ ਵਰਗਾ ਗਿਆਨੀ ਹੋ ਸਕਦਾ, ਨਾ ਤੂੰ ਰਾਵਣ ਵਰਗਾ ਯੋਧਾ ਹੋ ਸਕਦਾ, ਨਾ ਤੂੰ ਰਾਮ ਜੀ ਵਰਗਾ ਪ੍ਰਕਰਮੀ ਹੋ ਸਕਦਾ। ਉਹ ਵੀ ਚਲੇ ਗਏ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਹੁਣ ਗੁਰਮੁਖੋ, ਇੰਨੀ ਗੱਲ ਤੋਂ ਸਾਨੂੰ ਇਹ ਗੱਲ ਸਮਝ ਲੱਗਦੀ ਹੈ ਕਿ ਜੋ ਅਸੀਂ ਪੈਦਾ ਹੋਏ ਹਾਂ, ਇੱਕ ਦਿਨ ਅਸੀਂ ਬਿਨਸਨਹਾਰ ਹਾਂ, ਚਲੇ ਜਾਣਾ, ਇਹ ਸੰਸਾਰ ਦਾ ਮਾਰਗ ਹੈ, ਇੱਥੇ ਕੋਈ ਥਿਰ ਨਹੀਂ ਰਿਹਾ। ਪਰ ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਇਹਦੇ ਵਿੱਚ ਤੂੰ ਉਦਾਸ ਨਹੀਂ ਹੋਣਾ। ਆਮ ਨੁਕਤਾ ਅਸੀਂ ਕਰਦੇ ਹਾਂ ਗੁਰਮੁਖੋਂ, ਜਦੋਂ ਵੀ ਮੌਤ ਸੁਣਦੇ ਹਾਂ ਮਨੁੱਖ ਉਦਾਸ ਹੋ ਜਾਂਦਾ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਸੰਗਤਾਂ ਨੂੰ, ਦੇਖੋ ਇੱਕ ਛੋਟੇ ਜਿਹੇ ਬੱਚੇ ਕੋਲ ਆਪਾਂ ਬੈਠੀਏ ਨਾ, ਛੋਟੇ ਜਿਹੇ 5-7 ਸਾਲ ਦੇ ਬੱਚੇ ਕੋਲ ਬੈਠੋ, ਉਹਨੇ ਕਹਿਣਾ ਮੈਂ ਵੱਡਾ ਹੋ ਕੇ, ਜਵਾਨ ਹੋ ਕੇ ਇਹ ਕਰਾਂਗਾ, ਮੈਂ ਇਹ ਬਣਾਂਗਾ। 20 ਸਾਲ ਦਾ ਬੱਚੇ ਕੋਲ ਬੈਠੋ, 25 ਸਾਲ ਦੇ ਬੱਚੇ ਕੋਲ ਬੈਠੋ, ਉਹ ਕਹਿੰਦਾ ਮੈਂ ਇਹ ਬਣਨਾ, ਮੈਂ ਇਸ ਤੱਕ ਪਹੁੰਚਣਾ, ਉਹ ਗੱਲ ਅੱਗੇ ਦੀ ਕਰਦਾ। ਪਰ ਜਦੋਂ ਤੁਸੀਂ ਕਿਸੇ 80 ਸਾਲ ਦੇ ਬਜ਼ੁਰਗ ਦੇ ਕੋਲ ਬੈਠੋ, ਉਹਨੇ ਕੀ ਕਹਿਣਾ? ਉਹਨੇ ਕਹਿਣਾ ਜਵਾਨੀ ਵਿੱਚ ਮੈਂ ਇਹ ਕਰਦਾ ਹੁੰਦਾ ਸੀ, ਉਹਨੇ ਪਿੱਛੇ ਨੂੰ ਮੁੜ ਪੈਣਾ। ਛੋਟਾ ਬੱਚਾ ਅੱਗੇ ਨੌਜਵਾਨ
ਭਵਿੱਖ ਦੀਆਂ ਗੱਲਾਂ ਕਰੇਗਾ। ਜਦੋਂ 80 ਸਾਲ ਦੇ ਬਜ਼ੁਰਗ ਦੇ ਕੋਲੇ ਬੈਠਦੇ ਆ, ਉਹਨੇ ਕਹਿਣਾ ਮੈਂ ਜਵਾਨੀ 'ਚ ਇਹ ਕੰਮ ਕਰਦਾ ਹੁੰਦਾ ਸੀ, ਆ ਮੈਂ ਕੀਤਾ। ਪਿੱਛੇ ਨੂੰ ਮੁੜ ਪੈਂਦਾ। ਕਿਉਂ ਪਿੱਛੇ ਨੂੰ ਮੁੜਦਾ? ਕਿਉਂਕਿ ਉਹਨੂੰ ਅੱਗੇ ਮੌਤ ਦਿਖ ਰਹੀ ਹੈ। ਬਚਪਨ ਤੋਂ ਅੱਗੇ ਜਵਾਨੀ ਹੈ, ਜਵਾਨੀ ਤੋਂ ਅੱਗੇ ਅਧਖੜ ਉਮਰ ਹੈ, ਉਸ ਤੋਂ ਬਾਅਦ ਵਡੇਪਾ ਹੈ, ਵਡੇਪੇ ਕੁਛ ਵੀ ਨਹੀਂ ਹੈ, ਵਡੇਪੇ ਤੋਂ ਬਾਅਦ ਮੌਤ ਹੈ, ਤੇ ਬੰਦਾ ਮੌਤ ਵੱਲ ਜਾਣਾ ਹੀ ਨਹੀਂ ਚਾਹੁੰਦਾ। ਇਸ ਕਰਕੇ ਪਲਟ ਕੇ ਆਪਣੀ ਜਵਾਨੀ ਦੀਆਂ ਗੱਲਾਂ ਹੀ ਕਰਦਾ, ਪਿੱਛੇ ਮੁੜ ਪੈਂਦਾ। ਗੁਰੂ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ, ਭਾਈ ਨਦਾਮ ਸਿੰਘ ਜੀ ਬੈਠੇ ਹੋਏ ਨੇ, ਉਹਨਾਂ ਨੇ ਗੱਲ ਕਰਦਾ ਪਿਆ ਸੀ ਵੀ ਉਮਰ ਕਿੰਨੀ ਸੀ ਮਾਤਾ ਜੀ ਹੋਰਾਂ ਦੀ? ਕਹਿੰਦੇ ਕਿ ਜੀ 62-63 ਸਾਲ ਹੋਣੀ ਹੈ। ਹੁਣ ਜੇ 65-66 ਸਾਲ ਦੀ ਆਪਾਂ ਆਰਜ਼ਾ ਲਾਈਏ ਤੇ ਗੁਰਮੁਖੋ ਅੱਜ ਦੇ ਸਮੇਂ ਅਨੁਸਾਰ 60 ਸਾਲ ਦੀ ਆਰਜ਼ਾ ਬੱਚੇ ਬੱਚੀਆਂ ਵਿਆਹੁੰਦੇ ਹੋ ਜਾਂਦੀ ਹੈ। ਕਈ 60 ਸਾਲ ਤੱਕ ਬੰਦਾ ਏਦਾਂ ਹੀ ਹੁੰਦਾ, ਕੋਈ ਬਹੁਤੀ ਉਮਰ ਨਹੀਂ ਮੰਨ ਮੰਨਦੀ। ਅਸੀਂ 65-66 ਸਾਲ ਦੀ ਬਹੁਤੀ ਉਮਰ ਨਹੀਂ ਮੰਨੀ ਮੰਨਦੇ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਇੱਕ ਬੱਚਾ, ਤੁਸੀਂ ਜਿੰਨੇ ਬੈਠੇ ਹੋ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਇਹਦੇ ਅਰਥ ਥੋੜੇ ਸਮਝੋ, ਤੁਹਾਨੂੰ ਸਾਰਿਆਂ ਨੂੰ ਪੰਕਤੀਆਂ ਯਾਦ ਆ, ਫਰੀਦਾ ਦਰਿਆਵੇ ਕੰਨੇ ਬਗਲਾ, ਦਰਿਆ ਦੇ ਕਿਨਾਰੇ ਉੱਤੇ ਬੈਠਾ ਹੋਇਆ ਬਗਲਾ ਕੇਲ ਕਰੇ। ਕੇਲ ਦਾ ਅਰਥ ਖਲੋਲਾ ਕਰਦਾ, ਮੌਜਾਂ ਕਰਦਾ, ਮਨ ਮਰਜ਼ੀਆਂ ਕਰਦਾ। ਕੇਲ ਦਾ ਕੀ ਅਰਥ ਹੁੰਦਾ? ਮਨ ਮਰਜ਼ੀਆਂ ਕਰਦਾ। ਤੇ ਗੁਰਮੁਖੋ ਸੱਚ ਇਹੀ ਕਿਤੇ ਅਗਲਾ ਗੱਲ ਕਹਿੰਦੇ ਨੇ, ਕਹਿੰਦੇ ਕੇਲ ਕਰੇ ਹੰਝ ਨੂੰ ਕਲੋਲਾ ਕਰਦਿਆਂ ਹੋਇਆ ਬਗਲੇ ਨੇ, ਅਚਿੰਤੇ ਬਾਜ ਪਏ। ਕਹਿਣ ਲੱਗੇ ਅਚਿੰਤੇ ਅਚਿੰਤੇ ਕੀ ਹੁੰਦੇ ਆ? ਬਿਨਾਂ ਕਿਸੇ ਖਬਰ ਤੋਂ, ਬਿਨਾਂ ਕਿਸੇ ਪਹਿਲਾਂ ਦੱਸੇ ਤੋਂ ਅਚਿੰਤੇ ਹੀ ਆ ਕੇ ਬਾਜ ਪੈ ਗਿਆ। ਬਾਜ ਪਏ ਇਸ ਰੱਬ ਦੇ, ਕਿਹਦੇ ਸੀ ਭੇਜੇ ਬਾਜ ਜੀ? ਕਹਿਣ ਲੱਗੇ ਰੱਬ ਦੇ ਸੀ ਉਹ ਬਾਜ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜਦੋਂ ਬਾਜ ਪਿਆ ਤੇ ਕਿਨਾਰੇ ਬੈਠੇ ਬਗਲੇ ਨੇ ਕੇਲਾਂ ਵਿਸਰ ਗਈਆਂ, ਹੁਣ ਭੁੱਲ ਗਈਆਂ। ਅਰਥ ਕੀ ਬਣਿਆ ਜੀ ਇਹਦਾ? ਜਿੰਨੇ ਗੁਰਮੁਖੋ ਆਪਾਂ ਹੁਣ ਅਰਥ ਸਮਝੋ ਇਹਦਾ ਕੀ ਬਣਦਾ? ਆ ਜਿੰਨੇ ਆਪਾਂ ਬੈਠੇ ਆ ਸਾਰੇ, ਆਪਾਂ ਸੰਸਾਰ ਸਮੁੰਦਰ ਕਿਨਾਰੇ ਤੇ ਬੈਠੇ ਬਗਲੇ ਹੀ ਲਈ, ਆਪਾਂ ਸਾਰੇ ਬਗਲੇ ਹੀ ਬੈਠੇ ਆ। ਇਹ ਸੰਸਾਰ ਇੱਕ ਸਮੁੰਦਰ ਹੈ, ਆਪਾਂ ਬੈਠੇ ਹੋਏ ਬਗਲੇ ਆ, ਤੇ ਇਸ ਸੰਸਾਰ ਸਮੁੰਦਰ ਦੇ ਕਿਨਾਰੇ ਬੈਠੇ ਹੋਏ ਬਗਲੇ ਕਲੋਲਾਂ ਕਰਦੇ ਨੀ? ਆਪਾਂ ਮਨਮਰਦੀਆਂ ਹੀ ਕਰਦੇ, ਹੁਕਮ ਕੀ ਇਹ ਮਨ ਭਾਉਂਦੇ, ਮਨ ਭਾਉਂਦੇ ਹੁਕਮ ਹੀ ਚਲਾਉਂਦੇ ਆ। ਇਹ ਕੀ ਇਹ ਕਲੋਲਾਂ ਨੇ ਸਾਡੀਆਂ, ਕੇਲਾਂ ਨੇ ਸਾਡੀਆਂ। ਕਹਿਣ ਲੱਗੇ ਜਦੋਂ ਇਹ ਕਲੋਲਾਂ ਅਸੀਂ ਕਰਦੇ ਕਰਦੇ ਆ ਤੇ ਇੱਕਦਮ ਮੌਤ ਬਾਜ ਬਣ ਕੇ ਆਉਂਦੀ ਹੈ। ਮੌਤ ਬਾਜ ਦਾ ਕੀ ਅਰਥ ਹੈ ਇੱਥੇ? ਮੌਤ ਕਹਿਣ ਲੱਗੇ ਕਿ ਅਚਿੰਤੇ ਮੌਤ ਆ ਜਾਂਦੀ ਹੈ, ਅਚਿੰਤੇ ਬਾਜ ਪੈ ਜਾਂਦੇ ਨੇ। ਬਾਜ ਪਏ ਕਿਸ ਰੱਬ ਦੇ, ਜਿਹੜੀ ਮੌਤ ਆ ਕਿਹਨੇ ਭੇਜੀ? ਕਹਿਣ ਲੱਗੇ ਰੱਬ ਨੇ ਭੇਜੀ ਹੈ। ਮੌਤ ਰੂਪੀ ਬਾਜ ਰੱਬ ਦਾ ਭੇਜਿਆ ਹੋਇਆ ਹੈ। ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ। ਜਦੋਂ ਮੌਤ ਆਈ ਫਿਰ ਸਭ ਕੁਝ ਭੁੱਲ ਜਾ ਜਾਂਦਾ। ਜੋ ਮਨ ਚਿੱਤ ਨਾ ਚੇਤੇ ਸਨ, ਜੋ ਕਿਤੇ ਮਨ ਦੇ ਵਿੱਚ ਚੇਤੇ ਸੋਚਿਆ ਹੀ ਨਹੀਂ ਸੀ ਵੀ ਮਨ ਮੌਤ ਵੀ ਆ ਸਕਦੀ ਹੈ। ਕਿਨਾਰੇ ਬੈਠਾ ਮੱਛੀ ਨੂੰ ਉਡੀਕਦਾ। ਕਹਿਣ ਲੱਗੇ ਕਲੋਲਾਂ ਕਰਦਾ ਸੀ,
ਇੰਜ ਮੱਛੀ ਕਿਨਾਰੇ ਤੇ ਆਈ, ਮੱਛੀ ਨੂੰ ਪਕੜਦਾ, ਮੂੰਹ ਚ ਲੈ ਕੇ ਜਾਂਦਾ, ਮੱਛੀ ਵੱਡੀ ਹੈ ਪਕੜੀ ਨਹੀਂ ਜਾਂਦੀ, ਸੁੱਟ ਦਿੰਦਾ, ਫਿਰ ਚੁੱਕਦਾ, ਫਿਰ ਮੂੰਹ ਵੱਲ ਲੈ ਕੇ ਜਾਂਦਾ, ਫਿਰ ਸੁੱਟ ਦਿੰਦਾ ਥੱਲੇ, ਤੇ ਮਨ ਕੀ ਕਹਿੰਦਾ, ਕਹਿੰਦਾ ਕਿ ਮੇਰੀ ਮਰਜ਼ੀ ਹੈ, ਜਦੋਂ ਮਰਜ਼ੀ ਮੱਛੀ ਨੂੰ ਪਕੜ ਸਕਦਾ, ਜਦੋਂ ਮਰਜ਼ੀ ਮੱਛੀ ਨੂੰ ਛੱਡ ਸਕਦਾ, ਮੇਰੀ ਮਰਜ਼ੀ ਹੈ। ਤੇ ਬੰਦਾ ਇਹ ਕਹਿੰਦਾ ਇਹ ਮੇਰਾ ਧਨ ਹੈ, ਇਹ ਮੇਰੀ ਦੌਲਤ ਹੈ, ਇਹ ਮੇਰਾ ਸਰੀਰ ਹੈ, ਜਦੋਂ ਮਰਜ਼ੀ ਉੱਠਾਂ, ਜਦੋਂ ਮਰਜ਼ੀ ਸੌਵਾਂ, ਜਦੋਂ ਮਰਜ਼ੀ ਘੁੰਮਾਂ, ਜਦੋਂ ਮਰਜ਼ੀ ਖਾਵਾਂ, ਬਿਲਕੁਲ ਆਪਣੀਆਂ ਮਨਮਰਜ਼ੀਆਂ ਹੀ ਕਰਦਾ। ਤੇ ਕਹਿਣ ਲੱਗੇ ਬਾਜ ਪਏ ਇਸ ਰੱਬ ਦੇ, ਜਦੋਂ ਮੌਤ ਰੂਪੀ ਬਾਜ ਪਿਆ, ਕੇਲਾਂ ਵਿਸਰੀਆਂ, ਫਿਰ ਮਨਮਰਜ਼ੀਆਂ ਭੁੱਲ ਜਾਂਦੀਆਂ ਨੇ ਬੰਦੇ ਦੇ। ਜੋ ਮਨ ਚਿੱਤ ਨੱਚੇ ਤੇ ਸਨ ਸੋ ਗਾਲੀ, ਰੱਬ ਕੀਆਂ ਜਿਹੜੀਆਂ ਗੱਲਾਂ ਚਿੱਤ ਚੇਤੇ ਦੇ ਵਿੱਚ ਵੀ ਨਹੀਂ ਸੀ, ਉਹ ਗੱਲਾਂ ਰੱਬ ਕਰ ਦਿੰਦਾ ਹੈ। ਸੱਚ ਹੈ ਗੁਰੂ। ਹੁਣ ਜਦੋਂ ਅਸੀਂ ਇਹ ਗੱਲਾਂ ਸਾਰੀਆਂ ਵਿਚਾਰਦੇ ਹਾਂ, ਤੇ ਕਈ ਵਾਰ ਬੰਦਾ ਕਹਿੰਦਾ ਜੀ ਏਦਾਂ ਮੌਤ ਦੀ ਗੱਲ ਨਾ ਕਰਿਆ। ਇੱਕ ਮਿੱਤਰ ਹੈ ਮੇਰਾ, ਕੱਲ ਸਿੰਗਾਪੁਰ ਜਾ ਗਿਆ, ਤੇ ਮੇਰੀ ਕੱਲ ਕੱਲ ਨੂੰ ਦੁਪਹਿਰੇ ਗੱਲ ਹੋ ਰਹੀ ਸੀ। ਉਹ ਕਹਿੰਦੇ ਜੀ ਨਖਾ ਜੀ ਇੱਥੇ ਤੁਹਾਡੇ ਗੁਰਦੁਆਰਾ ਦਾ ਕੀ, ਇੱਥੋਂ ਦਾ ਕੀ ਮਾਹੌਲ ਹੈ? ਉਹ ਕਹਿੰਦੇ ਜੀ ਗਿਆਨੀ ਜੀ ਏਦਾਂ ਹੈ ਮਾਹੌਲ ਤਾਂ ਵੀ ਇੱਥੇ ਲੋਕ ਕਹਿੰਦੇ ਨੇ ਵੀ ਗੁਰਦੁਆਰੇ ਤੋਂ ਮੌਤ ਦੀ ਗੱਲ ਨਹੀਂ ਕਰਦਾ, ਮਰਨ ਵਾਲੋਂ ਦੀ ਗੱਲ ਨਹੀਂ ਕਰਦੀ। ਪੁੱਛਿਆ ਜੀ ਕਹਿੰਦੇ ਡਰ ਲੱਗਦਾ। ਕਲਪੇ ਹੋਏ ਕਹਿੰਦੇ ਸਾਰਾ ਦਿਨ ਭੱਜ ਦੌੜ ਇੰਨੀ ਰਹਿੰਦੀ ਹੈ, ਜਦੋਂ ਭੱਜ ਦੌੜ ਇੰਨੀ ਰਹਿੰਦੀ ਹੈ, ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਇੱਥੇ ਵੀ ਕਹਿੰਦੇ ਮਨ ਮਰਾਉਣ ਦੀਆਂ ਗੱਲਾਂ ਕਰੀ ਜਾਂਦੇ ਨੇ, ਡਰ ਲੱਗਦਾ ਹੈ। ਇਹ ਇੱਦਾਂ ਇੱਦਾਂ ਵੀ ਹੈ। ਹੁਣ ਇਹ ਗੱਲਾਂ ਕਿਉਂ ਹੁੰਦੀਆਂ? ਕਿਉਂਕਿ ਗੁਰਪੁਰਬ ਜਿਹੜੀ ਮੌਤ ਹੈ ਨਾ, ਅਸੀਂ ਮੌਤ ਨੂੰ ਖੌਫ ਮੰਨ ਲਿਆ, ਡਰ ਮੰਨ ਲਿਆ, ਪਰ ਨਹੀਂ, ਅਸਲ ਦੇ ਵਿੱਚ ਜਿਹੜੀ ਮੌਤ ਹੈ, ਮੌਤ ਸਾਨੂੰ ਇਹ ਚੇਤਾ ਕਰਵਾਉਂਦੀ ਹੈ ਅਸਲ ਤੋਂ ਇੱਥੇ ਲੈਣ ਨਹੀਂ ਆਇਆ। ਜਦ ਤੱਕ ਸਾਨੂੰ ਮੌਤ ਨਹੀਂ ਦਿਸੇਗੀ, ਉਦੋਂ ਤੱਕ ਸਾਨੂੰ ਸੰਸਾਰ ਵਿੱਚ ਆਉਣ ਦਾ ਸਾਡਾ ਮਕਸਦ ਕੀ ਹੈ ਪਤਾ ਹੀ ਨਹੀਂ ਲੱਗਦਾ, ਚੇਤੇ ਨਹੀਂ ਕਰਦਾ। ਮੌਤ ਕੀ ਹੈ ਜੀ? ਇੰਜ ਸਮਝ ਲਈ, ਨੁਕਤਾ ਸਮਝੋ ਬੜੇ ਧਿਆਨ, ਮੌਤ ਕੀ ਹੈ? ਮੌਤ ਇੰਜ ਹੈ ਜਿਵੇਂ ਰਾਤ ਨੂੰ ਆਪਾਂ ਸਾਰਾ ਦਿਨ ਗੁਜ਼ਾਰਦੇ ਹਾਂ, ਸਾਰਾ ਦਿਨ ਗੁਜ਼ਾਰਦੇ ਹਾਂ, ਤੇ ਸਾਨੂੰ ਪਤਾ ਹੈ ਵੀ ਸ਼ਾਮ ਨੂੰ 5 ਵਜੇ ਦਿਨ ਛਿਪ ਜਾਣਾ ਹੈ। ਸੂਰਜ ਨੂੰ ਬਦਲਿਆ ਨਹੀਂ ਜਾ ਸਕਦਾ। ਜੇ ਸੂਰਜ ਛਿਪਣ ਦਾ ਸਮਾਂ 5 ਵਜੇ ਦਾ, ਤੇ 5 ਵਜੇ ਹੀ ਛਿਪਣਾ ਹੈ। ਦੁਨੀਆ ਦੀ ਕੋਈ ਤਾਕਤ ਸੂਰਜ ਨੂੰ 5:15 ਨਹੀਂ ਛਿਪਣ ਤੇ ਮਜਬੂਰ ਕਰ ਸਕਦਾ। ਹੁਣ ਹੁਣ ਕੀ ਹੈ? ਮੰਨ ਲਓ 3 ਵਜੇ ਦਿਨ 2 ਘੰਟੇ ਬਚੇ, 2 ਘੰਟੇ ਬੱਚੇ, ਸਾਨੂੰ ਪਤਾ ਲੱਗੇ ਵੀ ਕੰਮ ਤਾਂ ਸਾਰਾ ਹੀ ਪਿਆ, ਤੇ ਘੰਟੇ 2 ਹੀ ਬੱਚੇ, ਫਿਰ ਆਪਾਂ ਕੀ ਕਰਾਂਗੇ? ਫਿਰ ਆਪਾਂ ਇਹ ਜੋਰ ਲਾਉਣੇ ਆ ਵੀ ਹੁਣ 5:15 ਕਰ ਲਈਏ? ਨਹੀਂ ਲਾਉਂਦੇ ਨਾ। ਆਪਾਂ ਕੀ ਕਰਦੇ ਹਾਂ? ਆਪਾਂ ਇਹ ਕਰਦੇ ਹਾਂ ਵੀ ਜਿਹੜਾ 2 ਘੰਟੇ ਦਿਨ ਬਾਕੀ ਬਚਿਆ, ਜਿਹੜਾ ਸਭ ਤੋਂ ਜ਼ਰੂਰੀ ਕੰਮ ਹੈ ਉਹ ਪਹਿਲਾਂ ਕਰ ਲੈਂਦੇ। ਬੜੇ ਧਿਆਨ ਨਾਲ ਸਮਝੋ, ਜਿਹਨੂੰ ਸਾਨੂੰ ਪਤਾ ਵੀ ਜੇ ਸੂਰਜ ਛਿਪਣ ਦਾ ਸਮਾਂ 5 ਵਜੇ ਦਾ ਹੈ, 5:05 ਨਹੀਂ ਹੋਣੇ, ਸਾਡੇ ਕੋਈ ਤਾਕਤ ਨਹੀਂ ਹੈ ਅਸੀਂ ਸਮਾਂ ਬਦਲ ਸਕੀਏ। ਅਸੀਂ ਇੰਨਾ ਹੀ ਕਰ ਸਕਦੇ ਹਾਂ, ਜਿਹੜੇ ਬਚੇ ਹੋਏ ਬਾਕੀ 2 ਘੰਟੇ ਨੇ, ਆ ਗੁੰਪ ਬੱਚਿਆਂ ਨੂੰ ਬਾਹਰ ਲੈ ਕੇ ਜਾਓ। ਬੱਚੇ ਬੱਚੇ ਨੇ, ਇਹਨਾਂ ਨੇ ਆਪਣੀ ਖੇਡੀ ਕਰਨੀ ਹੈ, ਪਰ ਥੋੜਾ ਜਿਹਾ ਆਪਾਂ ਵੱਡੇ ਦੇਖੀਏ ਧਿਆਨ ਬੱਚਿਆਂ ਦਾ, ਕਿਉਂਕਿ ਜੇ ਬੱਚੇ ਦਰਬਾਰ ਭੱਜ ਸਕਦੇ ਨਾ, ਇਹਨਾਂ ਨੇ ਇੱਦਾਂ ਹੀ ਸਿੱਖਣਾ। ਥੋੜਾ ਧਿਆਨ ਦਿਓ ਇਹਨਾਂ ਗੱਲਾਂ ਵੱਲ, ਤੋ ਧਿਆਨ ਦਿਓ। ਫਿਰ ਆਪਾਂ ਹੀ ਕਰਦੇ ਹਾਂ, ਬੰਦਾ ਕਹਿੰਦਾ ਵੀ 2 ਘੰਟੇ ਦਿਨ ਬਚਿਆ, ਹੁਣ ਜਿਹੜਾ ਕੰਮ ਸਭ ਤੋਂ ਜ਼ਰੂਰੀ ਹੈ ਉਹ ਸਭ ਤੋਂ ਪਹਿਲਾਂ ਕਰ।
ਇਦਾਂ ਹੀ ਕਰਦੇ ਆ। ਇਸੇ ਤਰ੍ਹਾਂ ਦੇ ਨਾਲ ਗੁਰਮੁਖੋ ਇਹ ਸੱਚ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਮੌਤ ਨੂੰ ਦੁਨੀਆਂ ਦੀ ਕੋਈ ਤਾਕਤ ਤਾਲ ਨਹੀਂ ਸਕਦੀ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਕਹਿਣ ਲੱਗੇ ਗੋਬੋ ਦੇ ਗੁਣਾਂ ਨੂੰ ਗਾਇਆ ਹੀ ਨਹੀਂ, ਜ਼ਿੰਦਗੀ ਨੂੰ ਅਕਾਰਥ ਕਰ ਲਿਆ। ਪਰ ਪਾਤਸ਼ਾਹ ਕੀ ਕਰਾਂ, ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਦਿਨ ਜ਼ਿੰਦਗੀ ਦਾ ਬਤੀਤ ਹੋ ਗਿਆ ਉਹ ਨਹੀਂ ਵਾਪਸ ਆਉਣਾ, ਜਿੰਨਾ ਸਮਾਂ ਬਾਕੀ ਬਚਿਆ ਉਹਦੇ ਵਿੱਚ ਉਹ ਕੰਮ ਕਰ ਜਿਹੜਾ ਸਭ ਤੋਂ ਜ਼ਰੂਰੀ ਹੈ। ਜਿਹੜਾ ਬੀਤ ਗਿਆ ਉਹ ਤੇਰੇ ਹੱਥ ਨਹੀਂ ਹੈ, ਜੇ ਬਚਪਨ ਬੀਤ ਗਿਆ ਹੱਥ ਵਿੱਚ ਨਹੀਂ ਹੈ, ਜਵਾਨੀ ਬਤੀਤ ਹੋ ਗਈ ਹੈ ਤੇਰੇ ਹੱਥ ਵਿੱਚ ਕੁਝ ਨਹੀਂ ਹੈ, ਉਹਦੀ ਚਿੰਤਾ ਛੱਡ ਦੇ। ਚਿੰਤਾ ਇਹ ਕਰ ਜਿਹੜਾ ਸਮਾਂ ਬਾਕੀ ਬਚਿਆ ਉਹ ਕਿਵੇਂ ਸਹੀ ਕੰਮ ਤੇ ਲਾਵਾਂ। ਬਾਕੀ ਬਚੇ ਹੋਏ ਸਮੇਂ ਦੇ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਕੰਮ ਹੈ ਉਹ ਕੰਮ ਕਰਾਂ। ਤੇ ਪਾਤਸ਼ਾਹ ਕਹਿੰਦੇ ਸਭ ਤੋਂ ਜ਼ਰੂਰੀ ਕੰਮ ਕੀ ਹੈ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ ਜਿੱਤ ਆਹਰ ਜਗ ਉਦਰੈ, ਵਿਰਲਾ ਬੂਝੇ ਹੋਏ ਐ ਮਨਾ, ਬੜੇ ਆਹਰ ਕਰਦਾ ਫਿਰਦਾ ਪਰ ਜਿਹੜੇ ਆਹਰ ਦੇ ਨਾਲ ਤੈਨੂੰ ਸੰਸਾਰ ਦੇ ਉੱਤੋਂ ਮੁਕਤੀ ਮਿਲਣੀ ਹੈ, ਸੁੱਖ ਮਿਲਣਾ ਹੈ, ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ, ਜਿਹਦੇ ਨਾਲ ਅੱਗੇ ਬਚਣਾ ਤੇਰਾ ਸੁਹੇਲਾ ਬਣਨਾ ਹੈ, ਉਹ ਕੰਮ ਸਭ ਤੋਂ ਪਹਿਲਾਂ ਉਹ ਕੰਮ ਕਰ ਸਭ ਤੋਂ ਪਹਿਲਾਂ। ਹੁਣ ਇੱਕ ਨੁਕਤਾ ਗੁਰਮੁਖੋ ਹੋਰ ਸਮਝ ਲਓ। ਆਮ ਤੌਰ ਤੇ ਆਪਾਂ ਇਹ ਵੀ ਕਹਿੰਦੇ ਹਾਂ ਵੀ ਭਾਈ ਮਰ ਜਾਣਾ ਤੇ ਨਾਮ ਜਪਿਆ ਪਿਆ ਗਿਆ, ਕਹਿੰਦੇ ਹਾਂ ਜੀ ਆਪਾਂ ਸਾਰੇ ਹਰ ਧਰਮ ਦਾ ਬੰਦਾ ਇਹ ਕਹਿੰਦਾ ਵੀ ਬੰਦਿਆ ਤੂੰ ਮਰ ਜਾਣਾ, ਤੈਨੂੰ ਮੌਤ ਪਤਾ ਹੀ ਨਹੀਂ ਕਦੋਂ ਆ ਜਾਣੀ ਹੈ, ਅਚਿੰਤੇ ਬਾਦ ਪਤਾ ਹੀ ਨਹੀਂ ਕਦੋਂ ਪੈ ਜਾਣੇ ਨੇ, ਇਸ ਕਰਕੇ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਭਗਤੀ ਕਰਿਆ ਕਰ। ਤੇ ਗੁਰਮੁਖੋ ਜੇ ਉਲਟਾ ਪਲਟ ਕੇ ਬੰਦਾ ਸਵਾਲ ਕਰੇ ਵੀ ਨਾਮ ਜਪਣ ਵਾਲਿਆਂ ਨੂੰ ਮੌਤ ਨਹੀਂ ਆਉਂਦੀ, ਆਪਾਂ ਕਹਾਂਗੇ ਆਉਂਦੀ ਹੈ, ਇੱਦਾਂ ਕਹਾਂਗੇ ਨਾ ਜੀ, ਉੱਠ ਕੇ ਭਾਈ ਬਾਣੀ ਪੜਿਆ ਕਰੋ। ਤੇ ਬੰਦਾ ਕਹੇ ਵੀ ਬਾਣੀ ਪੜਨ ਵਾਲੇ ਨੂੰ ਮੌਤ ਨਹੀਂ ਆਉਂਦੀ, ਨਹੀਂ ਜੀ ਮੌਤ ਆਉਂਦੀ ਹੈ, ਫਿਰ ਕਿਉਂ ਪੜੀ ਪੜੀ? ਸਵਾਲ ਪੈਦਾ ਹੁੰਦਾ ਨਾ, ਅੱਜ ਕੱਲ੍ਹ ਦਾ ਬੱਚਾ ਪੁੱਛੇ ਗਾਣਾ ਨਾ, ਕਿਉਂ ਉੱਠੇ ਸਵੇਰੇ, ਕਿਉਂ ਬਾਣੀ ਪੜੀਏ, ਕਿਉਂ ਸਿਮਰਨ ਕਰੀਏ, ਮਰਦੇ ਫਿਰ ਵੀ ਜਾਣਾ। ਹੁਣ ਇਹਦਾ ਕੀ ਹੱਲ ਹੈ? ਇੱਕ ਨੁਕਤਾ ਸਮਝੋ, ਮੈਂ ਯਤਨ ਕਰਦਾ ਸੌਖੇ ਤਰੀਕੇ ਨਾਲ ਇਸ ਗੱਲ ਨੂੰ ਵਿਚਾਰੀਏ। ਇੱਕ ਇਤਿਹਾਸ ਦੀ ਉਦਾਹਰਣ ਲੈ ਲੈ, ਜਿਹੜੇ ਸਿੱਖ ਧਰਮ ਦੇ ਸਭ ਤੋਂ ਪਹਿਲੇ ਦੋ ਸ਼ਹੀਦ ਹੋਏ ਨੇ, ਇੱਕ ਕਾਜ਼ੀ ਰੁਕਨਦੀਨ ਜਿਹੜਾ ਬਗਦਾਦ ਦੀ ਧਰਤੀ ਉੱਤੇ ਸ਼ਹੀਦ ਹੋਇਆ, ਇਹ ਸਿੱਖ ਧਰਮ ਦਾ ਪਹਿਲਾ ਸ਼ਹੀਦ ਹੈ ਗੁਰਮੁਖੋ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਵੇਲੇ ਸ਼ਹੀਦ ਹੋਇਆ ਕਾਜ਼ੀ ਰੁਕਨਦੀਨ। ਦੂਜਾ ਸ਼ਹੀਦ ਹੋਇਆ ਭਾਈ ਤਾਰੂ ਪੋਪਟ, ਇਹ ਵੀ 1521 ਦੇ ਵਿੱਚ ਬਾਬਰ ਚੜ੍ਹ ਕੇ ਜਦੋਂ ਆਇਆ ਉਦੋਂ ਲਾਹੌਰ ਦੀ ਧਰਤੀ ਤੇ ਸ਼ਹੀਦ ਹੁੰਦਾ ਭਾਈ ਤਾਰੂ ਪੋਪਟ। ਇਹਨੇ ਬਾਬੇ ਨੂੰ ਕਿਹਾ ਬਾਬਾ ਦੀਨ ਦੀ ਕਮਾਈ ਕਰਨੀ ਹੈ ਮੇਰੀ ਝੋਲੀ ਵਿੱਚ ਦੀਨ ਦੀ ਦਾਰਾ ਬਾਬਾ। ਬਾਬੇ ਨੇ ਕਿਹਾ ਭਾਈ ਤਾਰੂ ਇੱਕ ਤੇ ਅੰਮ੍ਰਿਤ ਵੇਲਾ ਕਦੇ ਨਾ ਜਾਈ, ਪਹਿਲਾ ਬਚਨੇ ਕਿਹਾ ਕੀ ਕਿ ਅੰਮ੍ਰਿਤ ਵੇਲਾ ਕਦੇ ਨਾ ਗਵਾਈ, ਦੂਜਾ ਕਿਹਾ ਤੇਰੇ ਦਰ ਤੋਂ ਕਦੇ ਲੋੜ ਵੱਲ ਨੂੰ ਭੁੱਖਾ ਨਾ ਮੁੜਨ ਦੇਵੀਂ, ਤੇ ਤੀਜਾ ਬਚਨ ਕਿਹਾ ਕਹਿਣ ਲੱਗੇ ਦੁਖੀਏ ਨੂੰ ਦੇਖ ਕੇ ਮੂੰਹ ਨਾ ਫੇਰੇ। ਸਿੱਖ ਹੋਵੇ ਤੇ ਦੁਖੀਏ ਨੂੰ ਵੇਖ ਕੇ ਮੂੰਹ ਮੋੜ ਜਾਏ ਗੁਰਮੁਖ ਬਾਬੇ ਨਾਨਕ ਦੀ ਸਿੱਖੀ, ਇਹ ਕਹਿਣ ਲੱਗਾ ਸੱਤ ਬਚਨ।
ਗੁਰਮੁਖ ਲਾਹੌਰ ਰਹਿੰਦਾ ਹੈ। ਬਾਬਰ ਚੜ੍ਹ ਕੇ ਆਇਆ ਜੀ, ਐਵੇਂ ਵਾਦ ਦੀ ਧਰਤੀ ਜੇਕਰ ਤੇ ਬਾਬੇ ਨਾਨਕ ਨੇ ਬਾਣੀ ਦਿੱਤਾ, ਜਨ ਸਰ ਸੋਹਣ ਪੜਪੀਆਂ ਮੰਗੀ ਪਾਇਨ ਸਦੂਰ, ਇਹ ਐਵੇਂ ਵਾਦ ਜੋ ਕੁਛ ਬਾਬਰ ਨੇ ਵਰਤਾਰਾ ਵਰਤਿਆ ਉਹਦੀ ਗਵਾਹੀ ਬਾਬੇ ਦੀ ਬਾਣੀ ਦੀ ਭਰੀ ਭਰੀ। ਜਦੋਂ ਗੁਰਮੁਖ ਲਾਹੌਰ ਦੀ ਧਰਤੀ ਤੇ ਬਾਬਰ ਪਹੁੰਚਿਆ ਤੇ ਬਾਬਰ ਨੇ ਕਿਹਾ ਸਾਰੇ ਸ਼ਹਿਰ ਨੂੰ ਅੱਗ ਲਾ ਦੇ, ਕਿਉਂਕਿ ਇਤਿਹਾਸ ਕਹਿੰਦਾ ਹੈ ਕਿ ਲਾਹੌਰ ਰਾਮ ਚੰਦਰ ਦੇ ਪੁੱਤਰ ਲਵ ਦੇ ਨਾਮ ਦੇ ਉੱਤੇ ਵਸਿਆ ਹੋਇਆ ਸੀ, ਕਸੂਰ ਹੈ ਜਿਹੜਾ ਪੁਸ਼ ਦੇ ਨਾਂ ਤੇ ਵਸਿਆ ਹੋਇਆ। ਜਦੋਂ ਸਾਰੇ ਸ਼ਹਿਰ ਨੂੰ ਅੱਗ ਲਾ ਦਿੱਤੀ, ਬਾਬਰ ਘੋੜੇ ਚੜ੍ਹ ਕੇ ਲੋਕਾਂ ਨੂੰ ਇੰਜ ਸਾੜਦਾ ਪਿਆ, ਡਰਾਉਂਦਾ ਪਿਆ, ਮਾਰਦਾ ਪਿਆ, ਜਿਹੜੇ ਉਹਦੇ ਨੌਕਰ ਚਾਕਰ ਨੇ ਲੋਕਾਂ ਫੌਜਾਂ ਨੇ ਲੋਕਾਂ ਦੇ ਘਰਾਂ ਨੂੰ ਅੱਗ ਲਾਉਂਦੇ ਪਏ ਆ, ਤੇ ਲੋਕ ਜਾਨ ਬਚਾ ਬਚਾ ਕੇ ਦੂਰ ਆਪਣੇ ਪਿੰਡਾਂ ਨੂੰ ਘਰਾਂ ਨੂੰ ਛੱਡ ਕੇ ਬਾਹਰ ਭੱਜ ਗਏ ਪਏ। ਹੁਣ ਇੱਕ ਅੱਗ ਲਾਉਣ ਵਾਲਾ, ਇੱਕ ਹੁਕਮ ਕਰਨ ਵਾਲਾ ਤੇ ਤੀਜੇ ਭੱਜਣ ਵਾਲੇ ਨੇ, ਜਾਨ ਬਚਾ ਕੇ ਭੱਜਣ ਵਾਲੇ ਤਿੰਨ ਨੇ ਜੀ। ਇੱਕ ਸਿੱਖ ਹੈ ਬਾਬੇ ਨਾਨਕ ਦਾ ਭਾਈ ਤਾਰੀ ਕੋਪਰ, ਨੌਜਵਾਨ ਗੁਰਮੁਖੇ ਦੀ ਉਮਰ ਹੈ, ਵਿਆਹ ਨਹੀਂ ਸੀ ਇਹਦਾ ਹੋਇਆ ਜੀ, ਬਿਲਕੁਲ ਨੌਜਵਾਨ ਉਮਰ ਹੈ। ਇਹਨੇ ਵੇਖਿਆ ਵੀ ਸਾਰੇ ਸ਼ਹਿਰ ਨੂੰ ਅੱਗ ਲੱਗਦੀ ਪਈ ਹੈ, ਇਹ ਗੁਰਮੁਖੋਂ ਮਸ਼ਕ ਲਈ, ਅੱਖ ਵਿੱਚ ਮਸ਼ਕ ਹੁੰਦਾ ਹੈ ਪਾਣੀ ਭਰਨ ਵਾਲਾ, ਇੱਕ ਚਮੜੇ ਦਾ ਬਣਿਆ ਹੋਇਆ ਬਰਤਨ ਪਾਇਆ ਜਾਂਦਾ ਮੋਢੇ ਤੇ, ਮਸ਼ਕ ਭਰਦਾ ਭੱਜ ਕੇ ਖੂਹ ਤੇ ਜਾਂਦਾ, ਮਸ਼ਕ ਪਾਣੀ ਦੀ ਭਰਦਾ ਤੇ ਲੋਕਾਂ ਦੇ ਘਰਾਂ ਵਿੱਚ ਲੱਗੀ ਹੋਈ ਅੱਗ ਬੁਝਾ ਜਾਂਦਾ। ਮੈਂ ਬੇਨਤੀ ਤੁਹਾਨੂੰ ਇਹ ਕਰ ਰਿਹਾ, ਅਸੀਂ ਕਹਿ ਦਿੰਦੇ ਹਾਂ ਵੀ ਨਾਮ ਜਪ ਕੇ ਕੀ ਲੈਣਾ ਹੈ, ਬਾਣੀ ਪੜ੍ਹ ਕੇ ਕੀ ਲੈਣਾ ਹੈ, ਮੌਤ ਤੇ ਫਿਰ ਵੀ ਆਈ ਜਾਣੀ ਹੈ, ਇਹ ਸਮਝੋ ਜੀ ਵੀ ਕਿਉਂ ਨਾਮ ਬੰਦਗੀ ਕਰਨੀ ਹੈ। ਭਾਗਾ ਵਾਲੇ ਵਾਲਿਓ ਭਰ ਭਰ ਕੇ ਪਾਣੀ ਲੋਕਾਂ ਦੇ ਘਰਾਂ ਦੀ ਅੱਗ ਬੁਝਾਉਂਦਾ ਹੈ, ਤੇ ਇੱਕ ਤੁਰੇ ਜਾਂਦੇ ਨੇ ਕਹਿਣ ਲੱਗੇ ਉਹ ਭਾਈ ਤਾਰੂ ਅੱਗ ਸਾਰੇ ਸ਼ਹਿਰ ਨੂੰ ਲੱਗੀ ਹੈ, ਕੱਲਾ ਕਿਵੇਂ ਬੁਝਾਵੇਂਗਾ, ਕੱਲਾ ਕਿਵੇਂ ਬੁਝਾ ਲੇਗਾ ਅੱਗ ਤੇ ਸਾਰੇ ਸ਼ਹਿਰ ਨੂੰ ਲੱਗੀ ਹੈ। ਓਏ ਅੱਗ ਲਾਉਣ ਵਾਲੇ ਬਹੁਤੇ ਨੇ, ਬੁਝਾਉਣ ਵਾਲਾ ਤੂੰ ਕੱਲਾ, ਤੂੰ ਕੀ ਕਰ ਲੈਂਗਾ। ਗੁਰਮੁਖ ਆਮ ਤੌਰ ਉੱਤੇ ਹੁੰਦਾ ਹੈ ਨਾ ਇੰਜ, ਆਪਾਂ ਕਹਿੰਦੇ ਤੂੰ ਸੱਚ ਬੋਲਣ ਵਾਲਾ ਕੱਲਾ, ਝੂਠੇ ਸਾਰੀ ਦੁਨੀਆ ਦੀ ਝੂਠਿਆਂ ਦੀ ਪਈ ਆਈ, ਕੱਲਾ ਹੀ ਕਰ ਲੈਂਗਾ, ਤੂੰ ਕੱਲੇ ਨੇ ਠੇਕਾ ਲਿਆ ਹੋਇਆ, ਆਪਾਂ ਆਮ ਤੌਰ ਤੇ ਵੀ ਕਹਿ ਦਿੰਦੇ ਤੂੰ ਕੱਲਾ ਕੁਛ ਨਹੀਂ ਕਰ ਸਕਦਾ, ਇੱਥੇ ਦੁਨੀਆ ਠੱਗਾਂ ਚੋਰਾਂ ਦੀ ਹੋਈ ਪਈ ਆ, ਤੂੰ ਕੱਲਾ ਕਿੱਥੋਂ ਦੁਨੀਆ ਸੁਧਾਰ ਲੈਂਦਾ, ਇਹ ਗੱਲ ਪਈ। ਕਹਿਣ ਲੱਗੇ ਅੱਗ ਲਾਉਣ ਵਾਲੇ ਬਹੁਤ ਨੇ, ਬੁਝਾਉਣ ਵਾਲਾ ਤੂੰ ਕੱਲਾ, ਸਾਰਾ ਸ਼ਹਿਰ ਸੜਦਾ ਪਿਆ, ਕੱਲਾ ਕਿਵੇਂ ਬੁਝਾਵੇਂਗਾ। ਤੇ ਭਾਈ ਤਾਰੂ ਕਹਿੰਦਾ, ਕਹਿਣ ਲੱਗਾ ਮੈਨੂੰ ਵੀ ਪਤਾ, ਮੈਂ ਵੀ ਜਾਣਦਾ ਸਾਰੇ ਸ਼ਹਿਰ ਦੀ ਅੱਗ ਨਹੀਂ ਮੈਨੂੰ ਬੁਝਣੀ, ਸਾਰਿਆਂ ਨੂੰ ਮੈਂ ਨਹੀਂ ਬਚਾ ਸਕਦਾ, ਮੈਨੂੰ ਵੀ ਪਤਾ। ਤੇ ਫਿਰ ਪੁੱਛਣ ਵਾਲੇ ਦੱਸਿਆ ਸੀ, ਕਹਿਣ ਲੱਗਾ ਫਿਰ ਕਿਉਂ ਸਿਰ ਸਫਾਈ ਕਰਦਾ, ਕਿਉਂ ਮੱਥਾ ਮਾਰਦਾ ਪਿਆ, ਜਦੋਂ ਤੂੰ ਸਭ ਨੂੰ ਬਚਾ ਹੀ ਨਹੀਂ ਸਕਦਾ ਫਿਰ ਕਿਉਂ। ਤੇ ਭਾਈ ਤਾਰੂ ਕੋਟ ਨੇ ਜਿਹੜਾ ਜਵਾਬ ਦਿੱਤਾ ਨਾ, ਤੁਸੀਂ ਸਾਰੇ ਬੜੇ ਧਿਆਨ ਨਾਲ ਸੁਣ ਸਕਦੇ। ਗੁਰੂ ਕਸਕ ਕਹਿੰਦੇ, ਕਹਿਣ ਲੱਗਾ ਆ ਬਾਬਰ ਅੱਗ ਲਾਉਣ ਦਾ ਹੁਕਮ ਸੁਣਾਉਂਦਾ ਪਿਆ, ਇਹਦੇ ਸਿਪਾਹੀ ਅੱਗ ਲਾਉਂਦੇ ਪਏ ਨੇ, ਦੁਨੀਆ ਦੇ ਲੋਕ ਜ਼ੁਲਮ ਦਾ ਮੁਕਾਬਲਾ ਕਰਨ ਦੀ ਥਾਂ ਦੇ ਉੱਤੇ ਡਰ ਕੇ ਭੱਜਦੇ ਪਏ ਨੇ। ਤੇ ਕਹਿਣ ਲੱਗਾ ਜਿਹੜੇ ਅੱਗ ਲਾਉਣ ਵਾਲਾ ਬਾਬਰ ਚੜ੍ਹ ਕੇ ਹੁਕਮ ਸੁਣਾਉਂਦਾ ਪਿਆ, ਮੌਤ ਹੀ ਹੋਈ ਹੋਈ,
ਆ ਹੁਕਮ ਸੁਣਾਉਣ ਵਾਲੇ ਨੂੰ ਵੀ ਮੌਤ ਆਉਣੀ ਹੈ, ਜਿਹੜੇ ਅੱਗ ਲਗਾਉਣ ਵਾਲੇ ਨੇ ਇਹਨਾਂ ਨੂੰ ਵੀ ਮੌਤ ਆਉਣੀ ਹੈ, ਅੱਗ ਨੇ ਇੱਕ ਦਿਨ ਇਹਨਾਂ ਨੂੰ ਵੀ ਸਾੜਨਾ, ਜਿਹੜੇ ਭੱਜਦੇ ਪਏ ਨੇ ਭੱਜਿਆ ਇਹਨਾਂ ਤੋਂ ਵੀ ਨਹੀਂ ਜਾਣਾ, ਇੱਕ ਦਿਨ ਮੌਤ ਨੇ ਇਹਨਾਂ ਨੂੰ ਵੀ ਗ੍ਰਸਤ। ਤੇ ਮੈਂ ਜਾਣਦਾ ਕਿ ਮੌਤ ਨੇ ਮੈਨੂੰ ਇੱਕ ਨਾ ਇੱਕ ਦਿਨ ਆ ਕੇ ਗ੍ਰਸ ਲੈਣਾ, ਮੈਨੂੰ ਵੀ ਮੌਤ ਆਉਂਦੀ। ਪਰ ਨਾਲ ਕਹਿੰਦੇ ਤੈਨ ਲੱਗਾ ਤਵਾਰੀਖ ਲਿਖੀ ਜਾਏ, ਇਤਿਹਾਸ ਲਿਖਿਆ ਜਾਣਾ। ਤੇ ਜਦੋਂ ਇਤਿਹਾਸ ਲਿਖਿਆ ਜਾਣਾ ਉਦੋਂ ਤਿੰਨ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਆਇਆ। ਨੁਕਤਾ ਬੜੇ ਧਿਆਨਾਂ ਸਨ, ਅੱਗ ਲਾਉਣ ਵਾਲੇ ਕੌਣ ਸਨ, ਭੱਜਣ ਵਾਲੇ ਕੌਣ ਸਨ, ਤੇ ਅੱਗ ਬੁਝਾਉਣ ਵਾਲੇ ਕੌਣ ਸੀ। ਉਦੋਂ ਤਿੰਨਾਂ ਦਾ ਜ਼ਿਕਰ ਹੋਣਾ, ਲੋਕਾਂ ਨੇ ਤਿੰਨਾਂ ਨੂੰ ਯਾਦ ਕਰਿਆ ਕਰਨਾ। ਤੇ ਭਾਈ ਤਾਰੂ ਜੀ ਕਹਿੰਦੇ ਨੇ, ਕਹਿਣ ਲੱਗੇ ਜਦੋਂ ਗੱਲ ਚੱਲੇਗੀ ਅੱਗ ਲਾਉਣ ਵਾਲਿਆਂ ਦੀ, ਬਾਬਰ ਦਾ ਨਾਮ ਅੱਗ ਲਾਉਣ ਵਾਲਿਆਂ ਵਿੱਚ ਆਏਗਾ। ਆ ਜਿਹੜੇ ਭੱਜਦੇ ਪਏ ਨੇ ਇਹਨਾਂ ਦਾ ਨਾਮ ਭੱਜਣ ਵਾਲਿਆਂ ਵਿੱਚ ਆਏਗਾ। ਤੇ ਨਾਲ ਕਹਿੰਦਾ, ਕਹਿਣ ਲੱਗਾ ਮੇਰਾ ਨਾਮ ਅੱਗ ਲਾਉਣ ਵਾਲਿਆਂ ਵਿੱਚ ਨਹੀਂ, ਮੇਰਾ ਨਾਮ ਭੱਜਣ ਵਾਲਿਆਂ ਵਿੱਚ ਨਹੀਂ, ਮਰ ਤੇ ਸਾਰਿਆਂ ਨੇ ਜਾਣਾ, ਪਰ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਆ ਜਾਏਗਾ। ਬਸ ਗੁਰਮੁਖੋਂ ਗੱਲ ਇੰਨੀ ਨਹੀਂ ਹੈ, ਮੌਤ ਸਾਰਿਆਂ ਨੇ ਆਉਣੀ ਹੈ। ਕਿਸੇ ਦਾ ਨਾਮ ਅੱਗ ਲਾਉਣ ਵਾਲਿਆਂ ਵਿੱਚ ਆਉਂਦਾ, ਕਿਸੇ ਦਾ ਭੱਜਣ ਵਾਲਿਆਂ ਵਿੱਚ ਆਉਂਦਾ। ਜਿਹੜਾ ਧਰਮ ਦੀ ਕਮਾਈ ਕਰਦਾ, ਗੁਰੂ ਦੇ ਬਚਨਾਂ ਤੇ ਚੱਲਦਾ, ਉਹਦਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਆਉਂਦਾ। ਜਿੰਨੇ ਆਪਾਂ ਬੈਠੇ ਹਾਂ ਅੱਜ ਸਾਡੇ ਨਾਲ ਦੇ ਜਾ ਰਹੇ ਨੇ, ਇੱਕ ਨਾ ਇੱਕ ਦਿਨ ਮੌਤ ਨੇ ਸਾਨੂੰ ਵੀ ਗ੍ਰਸਣਾ। ਪਰ ਇਹ ਗੱਲ ਚੇਤਾ ਕਰਕੇ ਜਾਈਏ, ਸਾਡਾ ਨਾਮ ਅੱਗ ਲਾਉਣ ਵਾਲਿਆਂ ਵਿੱਚ ਨਾ ਆਵੇ, ਬੁਝਾਉਣ ਵਾਲਿਆਂ ਵਿੱਚ ਆ ਜਾ। ਸਾਡਾ ਨਾਮ ਜੋਤ ਵਾਲਿਆਂ ਵਿੱਚ ਆਵੇ, ਤੋੜਨ ਵਾਲਿਆਂ ਵਿੱਚ ਨਾ ਆਵੇ। ਸਾਡਾ ਨਾਮ ਵੰਡਣ ਵਾਲਿਆਂ ਵਿੱਚ ਨਾ ਆਵੇ, ਪਰ ਖੂਨ ਵਾਲਿਆਂ ਲੁੱਟਣ ਵਾਲਿਆਂ ਵਿੱਚ ਨਾ ਆਵੇ। ਇਹ ਯਤਨ ਕਰਕੇ ਜਾਈਏ। ਧਰਮ ਗੁਰਮੁਖ ਸਾਨੂੰ ਇਹੀ ਸਿਖਾਉਂਦਾ। ਅਸੀਂ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ, ਜਿੰਨੀ ਨਾਮ ਤੇ ਆਇਆ, ਅਗਲਾ ਕੀ ਬਚਨਾ, ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ। ਤੇ ਮੁਖ ਉਜਲੇ ਦਾ ਕੀ ਅਰਥ ਹੈ? ਉਹਨਾਂ ਦੇ ਮੁਖ ਉਜਲੇ ਨੇ, ਉਹਨਾਂ ਦੇ ਮੁਖ ਸੋਹਣੇ ਹਨ। ਕਿੰਨਾ ਦੇ ਮੁਖ ਉਜਲੇ ਨੇ? ਜਿੰਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ, ਗਏ ਮਸ਼ਕਤ ਕਾਲ, ਜਿਨ੍ਹਾਂ ਨੇ ਧਰਮ ਦੀ ਮਸ਼ਕਤ ਘਾਲੀ ਹੈ, ਉਹਨਾਂ ਦੇ ਮੁਖ ਉਜਲੇ ਨੇ ਪਰਮੇਸ਼ਰ ਦੇ ਦਰਬਾਰ ਦੇ ਵਿੱਚ। ਤੇ ਕੱਲੇ ਗੁਰਮੁਖ ਪਰਮੇਸ਼ਰ ਦੇ ਦਰਬਾਰ ਵਿੱਚ ਨਹੀਂ, ਸਿੱਖ ਦੇ ਲਈ ਤਾਂ ਗੁਰੂ ਦਾ ਦਰਬਾਰ ਹੀ ਅਸਲ ਵਿੱਚ ਪਰਮੇਸ਼ਰ ਦੇ ਚਰਨਾਂ ਨੇ, ਗੁਰੂ ਦੀ ਸ਼ਰਨ ਹੀ। ਮੈਂ ਹਮੇਸ਼ਾ ਗੁਰਮੁਖ ਤੋਂ ਬੇਨਤੀ ਕਰਦਾ ਹੁੰਦਾ, ਮਰਨ ਤੋਂ ਬਾਅਦ ਨਹੀਂ। ਸਿੱਖ ਨੂੰ ਤਾਂ ਗੁਰੂ ਪਾਤਸ਼ਾਹ ਨੇ ਐਸੀ ਬਾਣੀ ਦੀ ਦਾਤ ਬਖਸ਼ੀ ਹੈ, ਸਿੱਖ ਜਿਉਂਦੇ ਜੀ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ। ਜਿੰਨੇ ਤੁਸੀਂ ਮਹਾਂਪੁਰਸ਼ਾਂ ਦੀ ਬਾਣੀ, 35 ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ 'ਚ ਬੈਠੇ ਨੇ, ਇਹਨਾਂ 35 ਦੇ 35 ਮਹਾਂਪੁਰਸ਼ ਉਹ ਨੇ ਜਿਨ੍ਹਾਂ ਨੂੰ ਮਰਨ ਤੋਂ ਬਾਅਦ ਨਹੀਂ, ਜਿਨ੍ਹਾਂ ਨੇ ਜਿਉਂਦੇ ਜੀ ਪਰਮਾਤਮਾ ਵਿੱਚ ਅਭੇਦਤਾ ਬਣਾਈ। ਜਿਹੜੇ ਜਿਉਂਦੇ ਜੀ ਪੜ੍ਹਦੇ ਨੇ ਬਚਨ, ਗੋਬਿੰਦ 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 ਸਿੰਘ ਨਾਮ ਦੇਉ ਮਨ ਲੀਨਾ, ਆਂਡ ਦਾਨ ਕੋ ਛੀਪਰੋ ਹੋਇਓ ਲਗੀਨਾ,
ਇੱਕ ਅੱਧੀ ਕੌਡੀ ਦਾ ਛਿੰਬਾ ਕਹਿਣ ਵਾਲਾ ਲੱਖਾਂ ਦਾ ਬਣ ਗਿਆ, ਉਹ ਨਾਮ ਦੇ ਮਰ ਕੇ ਨਹੀਂ ਜਿਉਂਦੇ ਜੀ ਪਰਮਾਤਮਾ ਬਣਿਆ, ਜਿਉਂਦੇ ਜੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਸਾਡੀ ਝੋਲੀ ਗੁਰਮੁਖ ਨੂੰ ਇਹ ਦਾਤ ਪਾਈ। ਇੱਕ ਬਚਨ ਨੂੰ ਸਮਝੋ, ਬਾਬਾ ਫਤਿਹ ਸਾਹਿਬ ਦਾ ਇੱਕ ਬਚਨ ਆਉਂਦਾ, ਯਤਨ ਮੇਰਾ ਗੁਰਮੁਖ ਹੋਇਆ ਵੀ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਾਣੀ ਨੂੰ ਸਮਝੋ। ਬਾਬਾ ਫਤਿਹ ਸਾਹਿਬ ਕਹਿੰਦੇ ਨੇ, ਸਾਨੂੰ ਤੁਹਾਨੂੰ ਸਾਰਿਆਂ ਨੂੰ ਬਚਨ ਨੂੰ ਯਾਦ ਵੀ ਹੋਣਗੇ, ਕਹਿਣ ਲੱਗੇ ਸਾਡੇ ਤ੍ਰੈ ਮਨ ਦੇਹੁਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਧ ਅਸੂਣੀ ਬਨ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਫਰੀਦਾ, ਅਮਲ ਜੇ ਕੀਤੇ ਦੁਨੀ ਵਿੱਚ ਤਾਂ ਦਰਦਾ ਆਏ। ਆ ਨੁਕਤਾ ਬੜੀ ਧਿਆਨ ਨਾਲ ਸਮਝੋ ਜੀ, ਕਹਿਣ ਲੱਗੇ ਸਾਡੇ ਤ੍ਰੈ ਮਨ ਦੇਹੁਰੀ ਚੱਲੈ ਪਾਣੀ ਅੰਨ, ਇਹ ਸਰੀਰ ਜੋ ਪਰਮਾਤਮਾ ਨੇ ਸਾਜਿਆ ਬਣਾਇਆ ਹੈ, ਇਹ ਭਾਈ ਭੋਜਨ ਦੇ ਨਾਲ ਅੰਨ ਪਾਣੀ ਨਾਲ ਹੀ ਚੱਲਦਾ ਹੈ, ਸਾਰਿਆਂ ਦਾ ਹੀ ਚੱਲਦਾ ਹੈ, ਅੰਨ ਪਾਣੀ ਦੀ ਲੋੜ ਹੈ। ਕਹਿਣ ਲੱਗੇ ਆਇਓ ਬੰਦਾ ਦੁਨੀ ਵਿੱਚ ਵੱਧ ਅਸੂਣੀ ਬਣ, ਵੱਧ ਅਸੂਣੀ ਬਣ ਦਾ ਅਰਥ ਹੈ ਵੱਡੀਆਂ ਵੱਡੀਆਂ ਆਸਾਂ ਬਣਦਾ, ਇਹ ਵੀ ਕਰਾਂਗਾ ਉਹ ਵੀ ਕਰਾਂਗਾ ਇਹ ਵੀ ਕਰਾਂਗਾ, ਕਿੰਨੀਆਂ ਆਸਾਂ ਬੰਨ ਕੇ ਬੈਠੇ ਹਨ, ਕਿੰਨੀਆਂ ਆਸਾਂ ਬੰਨ ਕੇ ਬੈਠੇ। ਕੱਲ ਮੈਂ ਕਿਸੇ ਗੁਰਮੁਖ ਨਾਲ ਗੱਲ ਕਰਦਾ ਪਿਆ ਸਾਂ, ਆ ਤੁਸੀਂ ਦੇਖਦੇ ਬੱਚੇ ਅਸੀਂ ਬਾਹਰ ਭੇਜਦੇ ਪਏ, ਸਿੱਖਾਂ ਦੇ 80% 100 ਬੱਚਿਆਂ ਨੂੰ ਪੁੱਛੋ 80 ਕਹਿਣਗੇ ਨਹੀਂ ਬਾਹਰ ਜਾਣ, 80 ਕਹਿੰਦੇ ਨੇ ਬਾਹਰ ਜਾਣ। ਹੁਣ ਉਦੋਂ ਗੱਲ ਵੱਧ ਗਈ, ਉਦੋਂ ਇੱਕ ਨੰਬਰ ਵਿੱਚ ਪਾਵੇਂ ਦੋ ਨੰਬਰ ਵਿੱਚ ਪਾਵੇਂ ਦੁੱਖ ਕਰਨੇ ਪੈ, ਇੱਕੋ ਹੀ ਮਕਸਦ ਹੈ ਵੀ ਬਾਹਰ ਜਾਣ ਦਾ। ਔਰ ਫਿਰ ਉੱਥੇ ਤੁਸੀਂ ਦੇਖਦੇ ਕਿੰਨੀਆਂ ਖਬਰਾਂ ਇੱਦਾਂ ਦੀਆਂ ਨੇ ਜੀ, 20 ਸਾਲ ਦਾ ਬੱਚਾ ਸੀ ਜੀ ਅਟੈਕ ਹੋ ਗਿਆ, 25 ਸਾਲ ਦਾ, ਛੋਟੇ ਛੋਟੇ ਬੱਚੇ ਨੇ, ਉਹ ਕਿਆ ਕੀ ਹੋ ਰਿਹਾ? ਤੁਸੀਂ ਜਿੰਨੇ ਬੈਠੇ ਹੋ ਆਪਣੇ ਝਾਤੀ ਮਾਰ ਕੇ ਬੈਠੇ, ਜਦੋਂ ਤੁਹਾਡੀ ਉਮਰ 20 ਸਾਲ ਤੁਹਾਨੂੰ ਕਿੰਨੀ ਕੁ ਸੋਚੀ ਸੀ ਜ਼ਿੰਦਗੀ ਦੀ? ਅਸੀਂ ਆਪਣੇ ਝਾਤੀ ਮਾਰ ਕੇ ਦੇਖਦੇ ਜਦੋਂ ਸਾਡੀ ਉਮਰ 20 ਸਾਲ ਦੀ ਸੀ ਸਾਨੂੰ ਕਿੰਨੀ ਕੁ ਸੋਚੀ ਸੀ, ਤੇ ਅੱਜ ਅਸੀਂ ਉਸੇ 20 ਸਾਲ ਦੇ ਬੱਚੇ ਬੱਚੇ ਕਿੰਨਾ ਡੰਡ ਭਾਰ ਪਾਇਆ ਹੋਇਆ, ਇੱਥੋਂ ਦਾ ਭਾਰ ਇੰਨੇ ਹੀ ਲਾ ਕਿਵੇਂ ਆਏ ਆ, ਉਹ ਵੀ ਕਮਾਉਣੇ ਨੇ, ਅੱਗੇ ਜ਼ਿੰਦਗੀ ਵੀ ਸੈੱਟ ਕਰਨੀ ਹੈ, ਪਿੱਛੇ ਬਾਬਾ ਦਾ ਦਰਜਾ ਵੀ ਲਾਉਣਾ, ਅੱਗੇ ਅੱਗੇ ਜ਼ਿੰਦਗੀ ਦਾ ਕੰਮ ਵੀ ਲੱਭਣਾ ਹੈ। ਕਿੰਨੀਆਂ 20-22 ਸਾਲ ਦਾ ਬੱਚਾ ਕਿੰਨੀਆਂ ਵੱਡੀਆਂ ਵੱਡੀਆਂ ਟੈਨਸ਼ਨਾਂ ਲੈ ਕੇ ਆਪਣੇ ਘਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ, ਜਿੱਥੇ ਨਾ ਧਰਤੀ ਆਪਣੇ ਲੋਕ ਆਪਣੇ ਨਾਲ ਬੋਲੀ ਆ, ਕਿੱਦਾਂ ਜ਼ਿੰਦਗੀ ਜੀ ਰਿਹਾ, ਕਿੱਦਾਂ ਜ਼ਿੰਦਗੀ ਜੀ ਰਿਹਾ, ਦੇਖੀ ਤਾਂ ਮਾਰੀਏ ਨਾ, ਜਿੱਥੇ ਨਾ ਧਰਤੀ ਆਪਣੀ, ਨਾ ਬਚਪਨ ਆਪਣਾ, ਨਾ ਸੱਭਿਅਤਾ ਆਪਣਾ, ਕੁਛ ਵੀ ਨਹੀਂ ਹੈ, ਔਰ ਇਹਦੀ ਚਿੰਤਾਵਾਂ ਦੀ ਪੰਡ ਬਣਾ ਕੇ ਹੁਕਮਦਾ ਪਿਆ ਬੱਚਾ, ਔਰ ਅਸੀਂ ਇੱਥੇ ਇੱਦਾਂ ਸਾਡਾ ਵੀ ਬਾਹਰ ਚਲਾ ਗਿਆ, ਧੰਨ ਭਾਰ ਗਿਆ ਭਾਈ, ਖੁਸ਼ੀ ਦੀ ਗੱਲ ਹੈ। ਪਰ ਆਪਣੇ ਬੱਚਿਆਂ ਨੂੰ ਚਿੰਤਾਵਾਂ ਦੀਆਂ ਪੰਡਾਂ ਵਿੱਚ ਨਾ ਬੰਨ੍ਹੋ, ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਕਰਕੇ ਤੂੰ ਬਾਬਾ ਜੀ ਕਹਿੰਦੇ ਕਹਿਣ ਲੱਗੇ ਆਇਓ ਬੰਦਾ ਦੁਨੀ ਵਿੱਚ ਵੱਧ ਅਸੂਣੀ ਬੰਨ, ਕਿੰਨੀਆਂ ਆਸਾਂ ਦੀਆਂ ਪੰਡਾਂ ਬੰਨ ਕੇ ਬੰਦਾ ਬੈਠਾ ਹੈ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਕਹਿਣ ਲੱਗੇ ਜਦੋਂ ਮੌਤ ਆਉਂਦੀ ਹੈ ਨਾ ਫਿਰ ਸਾਰੇ ਦਰਵਾਜ਼ੇ ਭੰਨ ਕੇ ਆ ਜਾਂਦੇ। ਹੁਣ ਉਹ ਦਰਵਾਜ਼ੇ ਕਿਹੜੇ ਨੇ? ਲੱਕੜ ਦੇ ਦਰਵਾਜ਼ੇ ਨਹੀਂ ਹੈ, ਇਹਨਾਂ ਦਰਵਾਜ਼ਿਆਂ ਦੀ ਗੱਲ ਨਹੀਂ ਬਾਬਾ ਜੀ ਨੇ ਬਾਣੀ ਚ ਕੀਤੀ, ਇਹ ਲੱਕੜ ਦੇ ਦਰਵਾਜ਼ੇ ਨਹੀਂ ਗੁਰਮੁਖੋ,
ਮਨਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਅਸੀਂ ਕਹਿੰਦੇ ਨੇ ਕਈ ਵਾਰ ਬਜ਼ੁਰਗ ਬਿਮਾਰ ਹੋ ਜਾਂਦਾ, ਡਾਕਟਰ ਕੋਲ ਜਾਂਦੇ ਆ, ਕਹਿੰਦੇ ਆ ਜੀ ਪੈਸੇ ਬਰਾਬਰ ਤੋਲ ਦਿਆਂਗੇ, ਇਹਨੂੰ ਕੁਛ ਹੋਣਾ ਨਹੀਂ ਚਾਹੀਦਾ। ਇਹਦਾ ਅਰਥ ਕੀ ਬਣਦਾ ਵੀ ਮੌਤ ਨਹੀਂ ਆਉਣੀ ਚਾਹੀਦੀ, ਪੈਸੇ ਜਿੰਨੇ ਮਰਜ਼ੀ ਲੈ ਲਓ। ਇਹਦਾ ਅਰਥ ਕੀ ਬਣਦਾ ਅਸੀਂ ਮੌਤ ਨੂੰ ਦਰਵਾਜ਼ਾ ਬਣਾ ਕੇ ਬੈਠੇ ਹਾਂ ਜੀ, ਵੀ ਇਹ ਪੈਸਿਆਂ ਦਾ ਦਰਵਾਜ਼ਾ ਮੌਤ ਨੂੰ ਰੋਕ ਸਕਦਾ? ਧਨ ਵੀ ਇੱਕ ਦਰਵਾਜ਼ਾ ਹੈ। ਅਸੀਂ ਕਹਿੰਦੇ ਹਾਂ ਵੀ ਇਹਦੇ ਹੁੰਦੇ ਕੁਛ ਨਹੀਂ ਹੁੰਦਾ, ਬੰਦੇ ਕੋਈ ਲੀਡਰ ਹੋਵੇ ਵੱਡਾ, ਕੋਈ ਨੇਤਾ ਹੋਵੇ ਵੱਡਾ, ਉਹ ਕੀ ਕਰਦਾ ਜਿਹੜੀ ਨਾਲ ਲੈ ਕੇ ਫਿਰਦਾ ਆਪਣੇ, ਉਹ ਕਹਿੰਦਾ ਇਹਨਾਂ ਬੰਦਿਆਂ ਦੇ ਹੁੰਦਿਆਂ ਮੈਨੂੰ ਕੁਛ ਨਹੀਂ ਹੋ ਸਕਦਾ। ਅੱਤ ਕੀ ਹੈ ਕਿ ਮੌਤ ਇਹ ਬੰਦੇ ਜਿਹੜੇ ਸਿਕਿਉਰਟੀ ਬਣੀ ਹੋਈ ਹੈ, ਇਹ ਵੀ ਇੱਕ ਦਰਵਾਜ਼ਾ ਹੈ, ਮੈਨੂੰ ਨੇੜੇ ਨੇੜੇ ਮੌਤ ਨੂੰ ਨੇੜੇ ਲਿਆਉਣ ਦੇ ਲਈ ਆਪਣੇ ਗਾਰਡਸ ਨੂੰ ਦਰਵਾਜ਼ਾ ਮੰਨ ਕੇ ਬੈਠੇ। ਕਿਤੇ ਕੋਈ ਬੰਦਾ ਆਪਣੇ ਭੈਣਾਂ ਭਰਾਵਾਂ ਆਪਣੇ ਸ਼ਰੀਕੇ ਕਬੀਲ ਨੂੰ ਕਹਿੰਦਾ ਇਹਨਾਂ ਭਰਾਵਾਂ ਦੇ ਹੁੰਦਿਆਂ ਹੋਇਆ ਮੈਨੂੰ ਕੀ ਹੋਣ ਲੱਗਾ? ਉਹ ਆਪਣੇ ਭੈਣਾਂ ਭਰਾਵਾਂ ਨੂੰ ਆਪਣੇ ਸਕਸੈਸ ਨੂੰ ਦਰਵਾਜ਼ਾ ਮੰਨ ਕੇ ਬੈਠਿਆ ਵੀ ਇਹਦੇ ਹੁੰਦਿਆਂ ਕੁਛ ਨਹੀਂ ਹੋਣ ਲੱਗਾ। ਦੁਨੀਆਂ ਦਾ ਇੱਕ ਬਹੁਤ ਵੱਡਾ ਗਾਉਣ ਵਾਲਾ ਡਾਂਸ ਨੱਚਣ ਵਾਲਾ ਸਟਾਰ ਹੋਇਆ ਮਾਈਕਲ ਜੈਕਸਨ। ਤੁਸੀਂ ਕਦੇ ਕਦੇ ਉਹਦੀ ਪੜ੍ਹ ਕੇ ਦੇਖੋ ਜ਼ਿੰਦਗੀ, ਕਦੇ ਕਦੇ 12 ਡਾਕਟਰ 24 ਘੰਟੇ ਨਾਲ ਰੱਖਦਾ ਸੀ, 12 ਡਾਕਟਰ, ਔਰ ਦਾਵਾ ਕਰਦਾ ਸੀ, ਉਹਦਾ ਨਾਮ ਸੀ ਮਾਈਕਲ ਜੈਕਸਨ, ਦਾਵਾ ਕਰਦਾ ਸੀ 150 ਸਾਲ ਤੋਂ ਪਹਿਲਾਂ ਮੌਤ ਨਜ਼ਦੀਕ ਨਹੀਂ ਆ ਸਕਦੀ। ਜਿਹੜੀ ਰੋਟੀ ਖਾਂਦਾ ਸੀ ਨਾ, ਉਹ ਰੋਟੀ ਵੀ ਚੈੱਕ ਕਰਕੇ ਆਉਂਦੀ ਸੀ ਫਿਰ ਖਾਂਦਾ ਸੀ। ਲੋਕਾਂ ਚ ਜਾਂਦਾ ਸੀ, ਦਸਤਾਨੇ ਪਹਿਣ ਕੇ ਜਾਂਦਾ ਸੀ, ਕਿਸੇ ਟੱਚ ਵੀ ਨਹੀਂ ਸੀ ਕਰਦਾ ਵੀ ਇਨਫੈਕਸ਼ਨ ਨਾ ਹੋ ਜਾਵੇ ਕਿਤੇ। ਔਰ ਜਦੋਂ ਕਦੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਦੀ ਯਾਤਰਾ ਕਰਦਾ ਸੀ, 1200 ਬੰਦਾ ਉਹਦੇ ਸਟਾਫ ਵਿੱਚ ਚੱਲਦਾ ਸੀ, 1200 ਬੰਦਾ, ਪਤਾ ਨਹੀਂ ਕਿੰਨੇ ਕੋਨੇ ਗ੍ਰੈਮੀ ਅਵਾਰਡ ਦਿੱਤੇ, ਪਤਾ ਨਹੀਂ ਕਿੰਨੇ ਕੋਨੇ ਵੱਡੇ ਵੱਡੇ ਪੈਸੇ ਧਨ ਦੌਲਤ, 3200 ਕਰੋੜ ਦਾ ਕਹਿੰਦੇ ਘਰ ਬਣਾਇਆ ਆਪਣੇ ਬਣੇ ਜਾਂ ਨੋ ਲੈਂਡ, ਇਦਾਂ ਦਾ ਕੋਈ ਨਾਮ ਸੀ ਉਹਦਾ। ਪਰ ਬਾਰਾਂ ਡਾਕਟਰ 24 ਘੰਟੇ ਜਿਹੜੇ ਬੈੱਡ ਤੇ ਸੌਂਦਾ ਸੀ ਉਹ ਬੈੱਡ ਆਕਸੀਜਨ ਵਾਲਾ ਬੈੱਡ ਸੀ। ਔਰ ਹੋਰ ਨੁਕਤਾ ਸਮਝੋ, 4 ਬੰਦੇ ਐਸੇ ਨਾਲ ਲੈ ਕੇ ਚੱਲਦਾ ਸੀ, ਜੇ ਕਦੇ ਕਿਡਨੀ ਫੇਲ ਹੋ ਜਾਏ ਤਾਂ ਇਹਨਾਂ ਦੀ ਕਿਡਨੀ ਕੱਢ ਕੇ ਕਿਵੇਂ ਆਪਣੇ ਪਾਸ ਆ? 4 ਬੰਦੇ ਮੁੱਲ ਖਿੱਚ ਕੇ ਨਾਲ ਲੈ ਕੇ ਚੱਲਦਾ ਸੀ ਇਹਨਾਂ ਦੇ, ਜੇ ਮੇਰਾ ਕਿਸੇ ਦਾ ਅੰਗ ਫੇਲ ਹੋ ਜਾਏ ਇਹਨਾਂ ਦੇ ਅੰਗ ਮੈਂ ਨਾਲ ਦੇ ਟ੍ਰਾਂਸਪਲਾਂਟ ਕਰਾ ਸਕਦਾ ਆਪਣੇ ਆਪ ਨੂੰ, ਇਦਾਂ ਦਾ ਇੰਤਜ਼ਾਮ ਲੈ ਕੇ ਚੱਲਦਾ ਸੀ ਜਿਹੜਾ ਦਾਵਾ ਕਰਦਾ ਸੀ 150 ਸਾਲ ਤੋਂ ਪਹਿਲਾਂ ਮੌਤ ਨਜ਼ਦੀਕ ਨਹੀਂ ਆ ਸਕਦੀ। 58 ਸਾਲ ਦੀ ਉਮਰ ਦੇ ਵਿੱਚ ਡਾਕਟਰਾਂ ਨੇ ਅਖੀਰ ਤੇ ਕਹਿਤਾ ਪੈਣ ਲੱਗੇ ਜੀ ਇਹ ਨਹੀਂ ਬਚ ਸਕਦਾ, ਕਹਿੰਦੇ ਗੂਗਲ ਹੈਂਗ ਹੋ ਗਈ ਸੀ ਉਸ ਦਿਨ ਜਦੋਂ ਉਹਦੀ ਮੌਤ ਹੋ ਗਈ। 58 ਸਾਲ ਦੀ ਉਮਰ ਦੇ ਵਿੱਚ ਉਹ ਸੰਸਾਰ ਤੋਂ ਚਲਾ ਗਿਆ, ਔਰ ਡਾਕਟਰਾਂ ਨੇ ਸਭ ਕੁਛ ਕਹਿਤਾ, ਕਹਿਣ ਲੱਗੇ ਇਹਨੂੰ ਦੁਨੀਆਂ ਦੀ ਕੋਈ ਤਾਕਤ ਬਚਾ ਨਹੀਂ ਸਕਦੀ, ਔਰ 58 ਸਾਲ ਦਾ ਉੱਥੇ ਮਰ ਗਿਆ। ਇਸ ਕਰਕੇ ਪਾਤਸ਼ਾਹ ਕਹਿੰਦੇ ਤੂੰ ਧਨ ਨੂੰ ਦਰਵਾਜ਼ਾ ਮੰਨਦਾ, ਤੂੰ ਗਿਆਨ ਨੂੰ ਦਰਵਾਜ਼ਾ ਮੰਨਦਾ, ਤੂੰ ਸਿਕਿਉਰਟੀ ਗਾਰਡ ਨੂੰ ਵੀ ਦਰਵਾਜ਼ਾ ਬਣਾ ਕੇ ਬੈਠਾ ਵੀ ਇਹਨਾਂ ਦੇ ਹੁੰਦੇ ਆ ਮੈਨੂੰ ਕੀ ਹੋ ਜਾਏਗਾ। ਪਰ ਪਾਤਸ਼ਾਹ ਜਦੋਂ ਮੌਤ ਆਉਂਦੀ ਹੈ ਉਦੋਂ ਧਨ ਦੇ ਦਰਵਾਜ਼ੇ, ਗਿਆਨ ਦੇ ਦਰਵਾਜ਼ੇ, ਸਿਕਿਉਰਟੀ ਦੇ ਦਰਵਾਜ਼ੇ, ਸਭ ਦਰਵਾਜ਼ੇ, ਭੈਣਾਂ ਭਰਾਵਾਂ ਦੇ ਦਰਵਾਜ਼ੇ ਭੰਨ ਕੇ ਮੌਤ ਤੇਰੇ ਸਰੀਰ ਦੇ ਵਿੱਚੋਂ ਸਵਾਸ ਖਿੱਚ ਕੇ ਲੈ ਲੈ ਮਲਮਲ ਮੌਤ ਜਾਂ ਆਪਸੀ
ਸਭ ਦਰਵਾਜੇ ਬੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਕਮਾਲ ਦੇ ਬਚਨ ਬਚਨ ਬਾਬਾ ਬੰਦ ਸਾਹਿਬ ਨੇ ਸੱਚਾਈ ਭਰੇ ਬਚਨ ਕਹਿਣ ਲੱਗੇ ਬੰਦਾ ਭਰਾਵਾਂ ਤੇ ਮਾਣ ਕਰਦਾ ਇਹਨਾਂ ਭਰਾ ਇਹ ਭਰਾ ਤਾਂ ਮੇਰੀਆਂ ਬਾਹਾਂ ਨੇ ਇਹਨਾਂ ਭਰਾਵਾਂ ਦੇ ਹੁੰਦਿਆਂ ਮੈਨੂੰ ਕੀ ਹੋ ਸਕਦਾ ਤੇ ਬਾਬਾ ਜੀ ਕਹਿਣ ਲੱਗੇ ਚੇਤਾ ਰੱਖੀ ਦੁਸ਼ਮਣਾਂ ਨੂੰ ਡਰਦਾ ਆਪਣਿਆਂ ਦੇ ਵਿੱਚ ਬਹਿੰਦਾ ਜਿਸ ਦਿਨ ਮੌਤ ਆਉਣੀ ਹੈ ਦੁਸ਼ਮਣਾਂ ਨੇ ਤੈਨੂੰ ਕੁਝ ਨਹੀਂ ਕਹਿਣਾ ਤੇਰੇ ਆਪਣੇ ਸ਼ਮਸ਼ਾਨ ਘਾਟ ਲੈ ਕੇ ਜਾਣਗੇ ਤੇਰੇ ਆਪਾਂ ਤੈਨੂੰ ਅੱਗ ਲਾਉਣਗੇ ਸ਼ਮਸ਼ਾਨ ਘਾਟ ਵੀ ਆਪਣੇ ਲੈ ਕੇ ਜਾਂਦੇ ਆ ਤੇ ਗੁਰਮੁਖ ਅੱਗ ਵੀ ਆਪਣੇ ਲੈ ਕੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਕਹਿੰਦੇ ਜਵਾਨੀ ਵੇਲੇ ਇੰਨੇ ਕਿਲੋਮੀਟਰ ਤੁਰ ਕੇ ਚਲੇ ਜਾਂਦੇ ਸੀ ਇੰਨੇ ਕਿਲੋਮੀਟਰ ਭੱਜ ਕੇ ਰੇਸ ਤੈਅ ਕਰ ਲੈਂਦਾ ਸੀ ਕਹਿ ਅੱਗੇ ਹੁਣ ਦੇਖੋ ਹਰ ਸਾਲ ਇਹ ਹਜ਼ੂਰ ਸਾਹਿਬ ਜਾਂਦਾ ਸੀ ਹਰ ਸਾਲ ਹੇਮਕੁੰਡ ਜਾਂਦਾ ਸੀ ਵੱਡੀਆਂ ਵੱਡੀਆਂ ਯਾਤਰਾਵਾਂ ਕਰਦਾ ਸੀ ਇੰਨੀਆਂ ਵੱਡੀਆਂ ਵੱਡੀਆਂ ਯਾਤਰਾਵਾਂ ਕਰਨ ਵਾਲਾ ਸ਼ਮਸ਼ਾਨ ਘਾਟ ਵੀ ਆਪ ਨਹੀਂ ਪਹੁੰਚਦਾ ਹੁਣ ਚਾਰ ਬੰਦੇ ਚੱਕ ਚੱਲ ਜਾਂਦੇ ਉੱਥੇ ਨਹੀਂ ਆਪ ਪਹੁੰਚਦਾ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਨੇ ਬੇਨਤੀ ਮੈਂ ਕਰਦਾ ਹੁੰਦਾ ਕਿਸੇ ਹਿੰਦੂ ਵੀਰ ਦੇ ਘਰ ਮੌਤ ਹੁੰਦੀ ਹੈ ਉਹਨੂੰ ਸ਼ਮਸ਼ਾਨ ਘਾਟ ਵਾਸਤੇ ਲੈ ਕੇ ਜਾਂਦੇ ਨੇ ਕੀ ਕਿਹਾ ਜਾਂਦਾ ਨਾਲ ਨਾਲ ਸ਼ਮਸ਼ਾਨ ਘਾਟ ਲੈ ਕੇ ਅਰਥੀ ਤੁਰਦੀ ਹੈ ਨਾਲ ਕਹਿੰਦੇ ਰਾਮ ਨਾਮ ਬੋਲੋ ਸਾਰੇ ਰਾਮ ਨਾਮ ਇਹਦਾ ਬੋਲਿਆ ਜਾਂਦਾ ਰਾਮ ਨਾਮ ਸੱਤ ਹੈ ਜਿਸ ਦਿਨ ਸਿੱਖ ਦੇ ਘਰੇ ਮੌਤ ਹੁੰਦੀ ਹੈ ਉਸ ਦਿਨ ਕਿਹਾ ਜਾਂਦਾ ਸੱਤ ਨਾਮ ਵਾਹਿਗੁਰੂ ਵਾਹਿਗੁਰੂ ਦਾ ਨਾਮ ਕੀ ਸੱਤ ਹੈ ਬਸ ਮੈਂ ਕਹਿੰਦਾ ਸਮਝ ਲੈਣੀ ਚਾਹੀਦੀ ਹੈ ਗੱਲ ਕਿ ਅਸਲ ਵਿੱਚ ਦੁਨੀਆਂ ਦੇ ਬੰਦਿਆਂ ਤੈਨੂੰ ਨਾਮ ਦੇ ਵੀ ਮੌਤ ਦੇ ਤੇ ਰਾਮ ਨਾਮ ਸੱਤ ਕਹਿੰਦੇ ਆ ਜ਼ਿੰਦਗੀ ਦਾ ਸਮਝ ਲੱਗ ਜਾਣੀ ਚਾਹੀਦੀ ਹੈ ਇੱਥੇ ਸਭ ਕੁਝ ਝੂਠਾ ਹੈ ਕੇਵਲ ਰਾਮ ਦਾ ਨਾਮ ਹੀ ਸੱਤ ਹੈ ਸਭ ਕੁਝ ਝੂਠਾ ਹੈ ਮਰਨ ਤੋਂ ਬਾਅਦ ਨਹੀਂ ਮੰਜਾ ਦਾਨ ਕਰਤਾ ਧਨ ਦਾਨ ਕਰਤਾ ਨਹੀਂ ਭਾਈ ਜਿਉਂਦਿਆਂ ਇਹਾਂ ਖਾਟ ਚਲੋ ਹਰ ਲਾਹਾ ਹਰੀ ਦੇ ਨਾਮ ਦਾ ਲਾਹਾ ਇੱਥੋਂ ਖੱਟ ਕੇ ਇੱਥੋਂ ਖੱਟ ਕੇ ਜਾ ਅੱਗੇ ਬਸਣ ਸੁਹੇਲਾ ਅੱਗੇ ਤੇਰਾ ਬੈਠਣਾ ਤਾਂ ਸੌਖਾ ਹੋਏਗਾ ਜੇ ਇੱਥੋਂ ਖੱਟ ਕੇ ਚੱਲੇਗਾ ਕਮਾਈ ਧਰਮ ਦੀ ਕਮਾਈ ਦੀਨ ਦੀ ਕਮਾਈ ਸੱਚ ਦੀ ਕਮਾਈ ਮੌਤ ਵਰਤ ਤੋਂ ਸਾਰਿਆਂ ਨੂੰ ਇਸ ਕਰਕੇ ਦੇਖੋ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਗੁਰਮੁਖ ਬਾਣੀ ਦੇ ਅੰਦਰ ਤਾਂ ਹਜ਼ਾਰਾਂ ਸਾਲਾਂ ਦੀ ਜ਼ਿੰਦਗੀ ਜਿਉਣ ਵਾਲੇ ਮਾਰਕੰਡੇ ਨਾਮ ਦੀ ਬਾਣੀ ਮਾਰਕੰਡੇ ਦੇ ਗਹਿਰੀ ਤਰਕ ਹੈ ਨੀਮੁਖ ਦਾ ਉੱਪਰ ਮੰਡਲ ਪਛਾਏ ਮਾਰਕੰਡੇ ਦੇ ਕੀ ਬੰਦਿਆਂ ਮਾਰਕੰਡੇ ਤੋਂ ਵੀ ਵੱਧ ਅਧਿਕ ਜ਼ਿੰਦਗੀ ਜੀ ਲੇਗਾ ਕਹਿੰਦੇ ਹਜ਼ਾਰਾਂ ਸਾਲਾਂ ਦਾ ਸੀ ਤਿੰਨ ਧਰਮ ਨੂੰ ਬੁਲਾਏ ਪਰ ਇੱਕ ਅੱਖਾਂ ਕੰਨ ਝੋਂਪੜੀ ਜ਼ਿੰਦਗੀ ਗੁਜ਼ਰ ਗਈ ਪਰ ਜਦੋਂ ਗੁਰਮੁਖੋਂ ਨਾਮ ਜਪਣ ਦੀ ਗੱਲ ਚੱਲੀ ਧਰਮ ਕਮਾਉਣ ਦੀ ਗੱਲ ਚੱਲੀ ਉਦੋਂ ਕਹਿਣ ਲੱਗੇ ਨਾਮ ਜਪੋ ਜੀ ਐਸੇ ਐਸੇ ਤੂੰ ਪ੍ਰਲਾਦ ਜਪਿਓ ਹਰ ਜੈਸੇ ਜੇ ਤੂੰ ਪਰਮਾਤਮਾ ਦੀ ਬੰਦਗੀ ਕਰਨੀ ਹੈ ਤੇ 7 ਤੇ 9 ਸਾਲ ਦੇ ਬੱਚਿਆਂ ਕੋਲੋਂ ਸਿੱਖ ਧਰੂਰ ਤੇ ਪ੍ਰਲਾਦ ਕੋਲੋਂ ਸਿੱਖ ਕਿੱਦਾਂ ਦੀ ਕਮਾਈ ਹੈ ਗੁਰਮੁਖੋਂ
ਅਰਥ ਕੀ ਬਣਿਆ? ਅਰਥ ਇਹੀ ਬਣਦਾ ਕਿ ਤੂੰ ਸਮੇਂ ਨੂੰ ਇਹ ਨਾ ਕਹਿ ਵੀ ਬਜ਼ੁਰਗ ਹੋਵਾਂਗਾ ਤੇ ਨਾਮ ਜਪਾਂਗਾ। ਉਮਰ ਅਜੇ ਤੇ ਖਾਣ ਪੀਣ ਦੀ ਉਮਰ ਹੈ, ਅਜੇ ਤੇ ਖੇਡਣ ਦੀ ਉਮਰ ਹੈ। ਜਿਸ ਦਿਨ ਗੁਰਮੁਖੋ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਮਿਲਾਪ ਹੁੰਦਾ, ਤੁਹਾਡੇ ਵਿੱਚ ਗੁਰਮੁਖ ਬੈਠੇ ਨੇ ਪਤਾ ਹੋਏਗਾ, 12 ਸਾਲ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ। ਆ ਪਿਛਲੇ ਮਹੀਨੇ ਦੇ ਵਿੱਚ ਅਸੀਂ ਗੁਰੂ ਕੇ ਲਾਲਾਂ ਦੇ ਦਿਹਾੜੇ ਮਨਾ ਕੇ ਹਟੇ ਹਾਂ, ਬਾਬਾ ਜੋਰਾ ਗੁਰੂ ਕੇ ਸਾਹਿਬ ਦੇ ਦਿਹਾੜੇ ਮਨਾ ਕੇ ਹਟੇ। ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੀਹਾਂ 'ਚ ਖਲੋ ਕੇ ਸਾਨੂੰ ਇਹ ਸਮਝਾ ਕੇ ਗਏ, 7 ਸਾਲ ਤੇ 9 ਸਾਲ ਦੀ ਉਮਰ ਕਹਿੰਦੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਉਹ ਸਾਨੂੰ ਦੱਸ ਕੇ ਗਏ ਨੇ ਕਿ ਬਾਬੇ ਬਣਨ ਦੇ ਲਈ ਉਮਰਾਂ ਦੀ ਲੋੜ ਨਹੀਂ ਹੁੰਦੀ, ਬਾਬੇ ਬਣਨ ਦੇ ਲਈ ਸੱਚ ਦੀ ਕਮਾਈ ਦੀ ਲੋੜ ਹੁੰਦੀ। ਉਹ ਉਮਰਾਂ ਵਧਾ ਕੇ ਬਾਬੇ ਨਹੀਂ ਬਣੇ, ਉਹਨਾਂ ਨੇ ਸੱਚ ਦੀ ਕਮਾਈ ਕੀਤੀ, ਉਹ 7 ਸਾਲ ਦੀ ਉਮਰ ਵਿੱਚ ਬਾਬੇ ਬਣ ਗਏ। ਅਰਥ ਇਹ ਬਣਦਾ ਕਿ ਕੇਵਲ ਉਮਰਾਂ ਦੇ ਨਾਲ ਨਹੀਂ, ਜੇ ਬਾਬੇ ਬਣਨਾ ਤੇ ਇਹਨਾਂ ਦੇ ਵੀ ਬਣਨਾ। ਤੁਸੀਂ ਦੇਖੋ ਬਾਬਾ ਬੁੱਢਾ ਸਾਹਿਬ 12 ਸਾਲ ਦੀ ਉਮਰ ਸੀ, 12 ਸਾਲ ਦੀ ਉਮਰ ਦਾ ਬੱਚਾ ਚੌਂਕਣਾ ਮਾਰ ਕੇ ਇੰਜ ਕਈ ਕਈ ਘੰਟੇ ਬਾਣੀ ਸੁਣਦਾ। ਜਦੋਂ ਬਾਣੀ ਸੁਣਦਾ ਤੇ ਬਾਬੇ ਨੇ ਕਿਹਾ ਪੁੱਤਰ ਤੇਰਾ ਨਾਮ ਕੀ? ਕਹਿਣ ਲੱਗੇ ਜੀ ਬੁੱਢਾ। ਅਜੇ ਤਾਂ ਤੇਰੀ ਉਮਰ ਤੇਰੇ ਵਰਗੇ ਬੱਚੇ ਤਾਂ ਖੇਡਦੇ ਹੁੰਦੇ ਨੇ, ਤੇਰੇ ਵਰਗੇ ਬੱਚੇ ਗਲੀਆਂ 'ਚ ਭੱਜਦੇ ਹੁੰਦੇ ਨੇ, ਇੰਨੀ ਸੁਰਤ ਇਕਾਗਰ ਕਿ ਕਈ ਕਈ ਘੰਟੇ ਬੈਠੇ ਕੀਰਤਨ ਸੁਣਦਾ। ਉਹਨਾਂ ਨੇ ਕਿਹਾ ਬਾਬਾ ਵੇਖੋ 12 ਸਾਲ ਦਾ ਸੀ ਬੱਚਾ। ਕਹਿੰਦਾ ਬਾਬਾ ਮੈਂ ਵੀ ਇਹ ਸਮਝਦਾ ਸਾਂ ਇਹ ਉਮਰ ਖਾਣ ਪੀਣ ਤੇ ਹੰਡਾਉਣ ਦੀ, ਇਹ ਉਮਰ ਗਲੀਆਂ 'ਚ ਛਾਲਾਂ ਮਾਰਨ ਦੀ, ਮੈਨੂੰ ਵੀ ਇਹੀ ਸੀ ਜਦ ਤੱਕ ਸੱਚ ਦੀ ਸੋਝੀ ਨਹੀਂ ਸੀ। ਜਦੋਂ ਸੱਚ ਦੀ ਸੋਝੀ ਪਈ ਉਦੋਂ ਮਨ ਨੇ ਕਿਹਾ ਉਹ ਮਨਾ ਤੂੰ ਉਮਰਾਂ ਦੀ ਉਡੀਕ ਕਰੀ ਜਾਂਦਾ ਪਰ ਮੌਤ ਕਦੇ ਉਮਰ ਨਹੀਂ ਮਿਲੀ। ਪੁੱਛਿਆ ਇਹ ਸੋਝੀ ਕਿੱਥੋਂ ਪੈਦਾ ਹੋਈ? ਤੇ 12 ਸਾਲ ਦਾ ਬੁੱਢਾ ਕਹਿੰਦਾ, ਕਹਿਣ ਲੱਗਾ ਘਰ ਵਿੱਚ ਮਾਂ ਅੱਗ ਬਾਲਦੀ ਪਈ ਸੀ, ਮਾਂ ਨੇ ਕਿਹਾ ਪੁੱਤਰ ਮੈਂ ਆਟਾ ਗੁੰਨਦੀ ਆ ਤੂੰ ਅੱਗ ਬਾਲ ਚੁੱਲ੍ਹੇ, ਮੈਂ ਆਪ ਲੱਕੜਾਂ ਲੈ ਕੇ ਆਇਆ ਮੋਟੀਆਂ ਲੱਕੜਾਂ ਚੁੱਲ੍ਹੇ ਚ ਲਾਈਆਂ, ਸੀਖਾਂ ਲਾਈਆਂ ਤੀਲੀਆਂ ਲਾਈਆਂ। ਪਰ ਕਹਿਣ ਲੱਗਾ ਬਾਬਾ ਲੱਕੜਾਂ ਮੋਟੀਆਂ ਨੂੰ ਅੱਗ ਨਹੀਂ ਲੱਗਦੀ। ਮਾਂ ਨੇ ਕਿਹਾ ਪੁੱਤ ਬਰੀਕ ਲੈ ਕੇ ਆ, ਛੋਟੀਆਂ ਲੈ ਕੇ ਆ, ਮੈਂ ਬਰੀਕ ਤੀਲੀਆਂ ਲੈ ਕੇ ਆਇਆ, ਮੈਂ ਛੋਟੀਆਂ ਲੱਕੜਾਂ ਲੈ ਕੇ ਆਇਆ, ਛੋਟੀਆਂ ਲੱਕੜਾਂ ਤੇ ਬਰੀਕ ਤੀਲਾਂ ਨੂੰ ਅੱਗ ਪਹਿਲਾਂ ਪੈ ਗਈ, ਲੱਕੜਾਂ ਮੋਟੀਆਂ ਬਾਅਦ ਵਿੱਚ ਸੜ ਗਈਆਂ। ਤੇ ਮੈਂ ਉਸੇ ਦਿਨ ਕਿਹਾ ਉਹ ਮਨਾ ਸੱਚੀ ਗੱਲ ਇਹ ਹੈ ਮੌਤ ਵੀ ਤਾਂ ਅੱਗ ਵਰਗੀ ਹੁੰਦੀ ਹੈ, ਮੋਟੀਆਂ ਲੱਕੜਾਂ ਨੂੰ ਅੱਗ ਬਾਅਦ ਵਿੱਚ ਲੱਗਦੀ, ਪਤਲੀਆਂ ਪਹਿਲਾਂ ਸੜ ਜਾਂਦੀਆਂ ਨੇ। ਸੱਚੀ ਗੱਲ ਇਹ ਹੈ ਇੱਥੇ ਜੰਮਣ ਵਾਲੇ ਬੈਠੇ ਗੁਰਮੁਖ ਜਨਮ ਜਾਂਦਾ ਹੁੰਦਾ ਉਹ ਸੰਸਾਰ ਤੋਂ ਚਲੇ ਜਾਂਦੇ, ਜਨਮ ਦੇਣ ਵਾਲੇ ਬੈਠੇ ਰਹਿ ਗਏ ਬੱਚੇ ਸੰਸਾਰ ਤੋਂ ਚਲੇ ਗਏ। ਕਈ ਵਾਰ ਹੁੰਦਾ ਲੱਕੜਾਂ ਮੋਟੀਆਂ ਤੋਂ ਪਹਿਲਾਂ ਬਰੀਕ ਨਹੀਂ ਮੰਗ ਪੈ ਜਾ। ਇਸ ਕਰਕੇ ਮੈਨੂੰ ਸਮਝ ਪੈ ਗਈ ਮਨਾ ਇਹ ਸੱਚੀ ਗੱਲ ਹੈ, ਤਾਂ ਹੀ ਬਾਬਾ ਕਬੀਰ ਸਾਹਿਬ ਨੇ ਕਿਹਾ ਕਬੀਰ ਸਾਹਿਬ ਕਹਿੰਦੇ ਐਸੋ ਇਹ ਸੰਸਾਰ ਪੇਕਣਾ ਰਹਿਣ ਨਾ ਕੋ ਪਈਆ ਰੇ, ਬਾਰੇ ਬੁੱਢੇ ਤਰਨੇ ਪਈਆ ਸਭ ਨੂੰ ਜੰਮ ਲੈ ਜਈਆ ਰੇ, ਜਮੌਤ ਹੈ ਜਿਹੜੀ ਉਹ ਕਦੇ ਉਮਰ ਪੁੱਛ ਕੇ ਨਹੀਂ ਗੁਰਮੁਖ। ਇਸ ਕਰਕੇ ਮਾਤਾ
ਬਲਵੀਰ ਕੌਰ ਜੀ ਵਿੱਚ ਆਪ ਜੁੜ ਕੇ ਬੈਠੇ ਹੋ, ਜਿੰਨੀ ਸਵਾਸਾਂ ਦੀ ਪੂੰਜੀ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਉਹਨਾਂ ਨੇ ਗੁਰਮੁਖੋ ਇਹ ਗੁਰਮੁਖੋ ਮੈਂ ਸ਼ੁਰੂਆਤ ਕਰਕੇ ਬੇਨਤੀ ਕੀਤੀ ਅੰਕੜਿਆਂ ਦੇ ਮੁਤਾਬਕ ਸਾਨੂੰ ਇਹ ਉਮਰ ਬਹੁਤੀ ਨਹੀਂ ਲੱਗਦੀ, 65 ਸਾਲ 60 ਸਾਲ, ਪਰ ਇਹ ਗੱਲ ਸਾਨੂੰ ਪ੍ਰਵਾਨ ਕਰਨੀ ਪੈਂਦੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਇਹ ਕਹਿੰਦੇ ਨੇ ਮੌਤ ਦੀ ਚਿੰਤਾ ਛੱਡ, ਭੁੱਲ ਜਾ ਜਿਹੜੀ ਚੀਜ਼ ਦਾ ਤੈਨੂੰ ਇਹ ਨਹੀਂ ਪਤਾ ਕਦੋਂ ਆਉਣੀ ਹੈ ਕਦੋਂ ਨਹੀਂ ਆਉਣੀ, ਤੂੰ ਕਿਉਂ ਚਿੰਤਾ ਚ ਪਿਆ, ਜਿਹੜੀ ਚੀਜ਼ ਤੂੰ ਕਰ ਸਕਦਾ ਉਹਦੀ ਚਿੰਤਾ ਕਰ, ਮੌਤ ਤੂੰ ਰੋਕ ਨਹੀਂ ਸਕਦਾ, ਇਹ ਨਹੀਂ ਕਿਸੇ ਤੋਂ ਰੁਕੀ, ਇਸ ਕਰਕੇ ਇਹਦੀ ਚਿੰਤਾ ਛੱਡ ਦੇ, ਤੂੰ ਚਿੰਤਾ ਕਰ ਕਿ ਜਿਸ ਪਰਮਾਤਮਾ ਨੇ ਕੀਤਾ ਕੋ ਮੇਰੇ ਸਮਾਨੈ ਕਰਨ ਹਾਰ ਤ੍ਰਿਣ ਗਿਣੈ, ਜਿਸ ਪਰਮਾਤਮਾ ਨੇ ਪੈਦਾ ਕੀਤੀਆਂ ਉਹਨੂੰ ਤੀਲੀ ਮੰਨ ਕੇ ਬੈਠੇ ਆ, ਉਹਦੀਆਂ ਪੈਦਾ ਕੀਤੀਆਂ ਹੋਈਆਂ ਦਾਤਾਂ ਨੂੰ ਪਹਾੜ ਮੰਨ ਕੇ ਬੈਠੇ, ਉਸ ਇੱਕ ਦਾਤੇ ਨੂੰ ਸਦਾ ਚੇਤੇ ਰੱਖ, ਤੇ ਗੁਰਪੁਰਬ ਜਿੰਨੇ ਆਪਾਂ ਬੈਠੇ ਆ ਸੱਚ ਇਹੀ ਹੈ। ਮੈਂ ਕਹਿਣਾ ਹੁਣ ਸਮਾਪਤੀ ਵੱਲ ਆਵਾਂ, ਗੁਰਦੁਆਰੇ ਆ ਕੇ ਇਹ ਕਹਿਣਾ ਵੀ ਰੱਬ ਤੇ ਗੁਰੂ ਹੈ ਸੌਖੀ ਗੱਲ ਆ, ਕੋਈ ਮੁਸ਼ਕਲ ਗੱਲ ਨਹੀਂ, ਇੱਥੇ ਸਾਰੇ ਧਰਮ ਗੁਰੂ ਦੀ ਸੰਗਤ ਹੈ ਤੇ ਸਾਰੇ ਇੱਕੋ ਜਿਹੇ ਲੱਗਦੇ, ਪਰ ਅਸਲ ਧਰਮ ਹੀ ਉਹ ਹੈ ਜਿਹੜਾ ਦੁਕਾਨ ਤੇ ਬੈਠਾ ਵੀ ਧਰਮ ਹੈ, ਜਿਹੜਾ ਬਾਜ਼ਾਰ ਦੇ ਵਿੱਚ ਵੀ ਧਰਮ ਹੈ, ਜਿਹੜਾ ਕਾਰੋਬਾਰ ਦੇ ਵਿੱਚ ਵੀ ਧਰਮੀ ਹੈ, ਜਿਹੜਾ ਇਹ ਸਮਝਦਾ ਗੁਰੂ ਕੇਵਲ ਗੁਰਦੁਆਰੇ ਨਹੀਂ ਹੈ, ਗੁਰੂ ਮੇਰੀ ਦੁਕਾਨ ਦੇ ਉੱਪਰ ਵੀ ਮੇਰੇ ਨਾਲ, ਗੁਰ ਮੇਰੇ ਸੰਗ ਸਦਾ ਦਾ, ਨਾਨਕ ਸਦਾ ਮੇਰੇ ਨਾਲ। ਇੱਕ ਮੈਂ ਗੁਰਮੁਖ ਉਦਾਹਰਣ ਦੇ ਕੇ ਸਮਾਪਤੀ ਕਰਾਂ, ਇੱਕ ਸਿੱਖ ਧਰਮ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ ਪ੍ਰਿੰਸੀਪਲ ਗੰਗਾ ਸਿੰਘ, ਉਹ ਗੁਰਮੁਖ ਇੰਗਲੈਂਡ ਹੈ, ਸਮਾਂ ਹੋ ਗਿਆ ਮੈਂ ਸਮਾਪਤ, ਇਹ ਨਹੀਂ ਬੇਨਤੀ ਹੋਈ ਕਰਕੇ ਤੁਹਾਨੂੰ, ਕਿਉਂਕਿ ਅੱਜ ਕਈ ਗੱਲਾਂ ਐਸੀ ਜਿਹੜੀਆਂ ਕਹਿ ਗਏ ਅੱਤ ਜ਼ਰੂਰੀ ਹੋਈ ਹੋਈ, ਉਹ ਇੰਗਲੈਂਡ ਗਏ, ਇੰਗਲੈਂਡ ਵਿੱਚ ਉਹਨਾਂ ਦਾ ਟਿਕਾਣਾ ਕਿਸੇ ਹੋਟਲ 'ਚ ਕਰਵਾਇਆ, ਦਿਨੇ ਦਿਨੇ ਪ੍ਰਚਾਰ ਕਰਦੇ ਸਨ, ਰਾਤ ਨੂੰ ਹੋਟਲ ਆ ਕੇ ਫੈਰਦੇ, ਇੱਕ ਦਿਨ ਸਵੇਰੇ ਉੱਥੇ ਇਸ਼ਨਾਨ ਕੀਤਾ ਤੇ ਬੈੱਡ ਦੇ ਉੱਤੇ ਬੈਠ ਕੇ ਗੁਟਕਾ ਕੱਢਿਆ ਤੇ ਬਾਣੀ ਪੜ੍ਹਨ ਲੱਗੇ। ਜਿਹੜੀ ਲੜਕੀ ਰਾਤ ਨੂੰ ਰਿਸੈਪਸ਼ਨ ਦੇ ਉੱਪਰ ਹੁੰਦੀ ਸੀ ਉਹਨੇ ਦੇਖਿਆ ਵੀ ਉਹ ਲੜਕੀ ਖਿੜਕੀ ਦੇ ਰਾਹੀਂ ਦੇਖ ਰਹੀ ਸੀ, ਹੁਣ ਖਿੜਕੀ ਦੇ ਤੋਂ ਕਿਸੇ ਨੂੰ ਦੇਖਣਾ ਹੈ, ਅਸੀਂ ਕਹਿੰਦੇ ਹਾਂ ਸਭਿਆ ਮਨੁੱਖ ਦੀ ਨਿਸ਼ਾਨੀ ਨਹੀਂ, ਉਹਨਾਂ ਦੇਖਦੇ ਆ ਉਹ ਬੱਚੇ ਪਿੱਛੇ ਹਟ ਗਏ, ਅੰਗਰੇਜ਼ਾਂ ਦੇ ਬੱਚੇ ਸੀ, ਉਹਨਾਂ ਨੇ ਬਾਣੀ ਪੜ੍ਹਦੇ ਰਹੇ 10 ਮਿੰਟਾਂ ਬਾਅਦ ਫਿਰ ਦੇਖਿਆ ਉਹ ਬੱਚੇ ਫਿਰ ਦੇਖ ਕੇ ਪਿੱਛੇ ਹਟ ਗਏ, ਕੁੜੀ ਦੇ ਉਹਨਾਂ ਨੇ ਬਾਣੀ ਪੂਰੀ ਕੀਤੀ, ਜਦੋਂ 7:30 ਵਜੇ 8 ਵਜੇ ਉਹ ਆਪਣੇ ਕਮਰੇ ਤੋਂ ਬਾਹਰ ਨਿਕਲੇ ਤੇ ਉਹਨਾਂ ਨੇ ਹੋਟਲ ਦੇ ਮੈਨੇਜਰ ਨੂੰ ਜਾ ਕੇ ਸ਼ਿਕਾਇਤ ਕੀਤੀ ਵੀ ਤੁਹਾਡੇ ਸਟਾਫ ਦੇ ਵਿੱਚੋਂ ਇੱਕ ਬੱਚੀ ਮੈਨੂੰ ਕਮਰੇ ਵਿੱਚ ਬੈਠਿਆਂ ਦੇਖ ਰਹੀ ਸੀ ਖਿੜਕੀ ਦੇ ਰਾਹੀਂ, ਉਹਨਾਂ ਉਸ ਬੱਚੀ ਨੂੰ ਬੁਲਾਇਆ, ਕਹਿਣ ਲੱਗੇ ਜੀ ਡਿਊਟੀ ਇਹਦੀ ਸੀ, ਹਾਂ ਹਾਂ, ਉਹ ਬੱਚੇ ਨੂੰ ਪੁੱਛਿਆ ਵੀ ਤੂੰ ਦੇਖਿਆ ਖਿੜਕੀ ਰਾਹੀਂ, ਉਹ ਕਹਿਣ ਲੱਗੇ ਜੀ ਹਾਂ ਮੈਂ ਦੇਖ ਲਈ ਪਈ ਸੀ, ਇਹ ਨੁਕਤਾ ਗੁਰਮੁਖ ਬੜੇ ਧਿਆਨ ਨਾਲ ਸਮਝੋ, ਹਾਂ ਮੈਂ ਦੇਖ ਲਈ ਪਈ ਸੀ, ਪੁੱਛਿਆ ਸੀ ਕਿਉਂ ਦੇਖਦੀ ਸੀ,
ਕਹਿਣ ਲੱਗੀ ਇਹ ਗੁਰੂ ਕਾ ਸਿੱਖ ਹੈ, ਮੈਂ ਤਾਂ ਦੇਖਦੀ ਸੀ। ਉਹ ਹੋਰ ਵੀ ਹੈਰਾਨ ਹੋ ਗਈ, ਕਹਿੰਦੀ ਇੱਥੇ ਬੜੇ ਹੁੰਦੇ ਨੇ ਪਰ ਮੈਂ ਮੈਨੂੰ ਪਹਿਲੀ ਵਾਰ ਦੇਖਿਆ, ਇਹ ਗੁਰੂ ਕਾ ਸਿੱਖ ਹੈ, ਮੈਂ ਤਾਂ ਦੇਖਦੀ ਸੀ। ਉਹਨੂੰ ਹੋਰ ਹੈਰਾਨੀ ਹੋ ਗਈ ਵੀ ਮੈਂ ਕੀ ਕਰਤਾ ਇਸ। ਉਹ ਪੁੱਛਦੇ ਨੇ ਬੱਚੇ ਨੂੰ, ਕਹਿਣ ਲੱਗੇ ਵੀ ਕਿਉਂ ਦੇਖਦੀ ਪਈ ਸੀ? ਉਹ ਕਹਿਣ ਲੱਗੀ 3 ਸਾਲ ਪਹਿਲਾਂ ਮੈਂ ਇੰਡੀਆ ਗਿਆ ਸੀ। ਬੇਨਤੀ ਬੜੇ ਧਿਆਨ ਨਾਲ ਸੁਣੋ, 3 ਸਾਲ ਪਹਿਲਾਂ ਮੈਂ ਹਿੰਦੁਸਤਾਨ ਗਈ ਸੀ, ਦੇਸ਼ ਗਈ ਸੀ, ਮੈਂ ਪੰਜਾਬ ਗਈ ਤੇ ਇਹਨਾਂ ਦਾ ਜਿਹੜਾ ਕੇਂਦਰੀ ਸਥਾਨ ਹਰਿਮੰਦਰ ਸਾਹਿਬ ਹੈ ਉੱਥੇ ਵੀ ਗਈ। ਮੈਂ ਉੱਥੇ ਇਹਨਾਂ ਦੇ ਕੇਂਦਰੀ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਅੱਤ ਦੀ ਠੰਡ ਦੇ ਵਿੱਚ 3 ਵਜੇ ਮੈਂ ਸਿੱਖਾਂ ਨੂੰ ਠੰਡੇ ਪਾਣੀ 'ਚ ਸਰੋਵਰ 'ਤੇ ਇਸ਼ਨਾਨ ਕਰਦਿਆਂ ਦੇਖਿਆ ਤੇ ਮੈਂ ਬੜੀ ਹੈਰਾਨ ਹੋਈ ਵੀ ਕੈਸੇ ਬੰਦੇ ਨੇ, ਅੱਤ ਦੀ ਠੰਡ ਹੈ ਇਹ ਨੰਗੇ ਪੈਰੀ ਫਿਰਦੇ ਨੇ, ਅੱਤ ਦੇ ਠੰਡ ਵਿੱਚ ਅੱਤ ਦੇ ਠੰਡੇ ਪਾਣੀ 'ਚ ਇਸ਼ਨਾਨ ਕਰਦੇ ਨੇ ਤੇ ਚੌਂਕੜਾ ਮਾਰ ਕੇ ਪੱਥਰ ਉੱਤੇ ਬਹਿ ਕੇ ਆਪਣੀ ਗੁਰੂ ਦੀ ਬਾਣੀ ਪੜ੍ਹਦੇ ਆ। ਮੈਂ ਹੈਰਾਨ ਹੀ ਬੜੀ ਹੋਈ। ਮੈਂ ਇਹਨੂੰ 3 ਵਜੇ ਉੱਠ ਕੇ ਲੰਗਰ ਬਣਾਉਂਦਿਆਂ ਹੋਇਆਂ ਦੇਖਿਆ, ਮੈਂ ਇਹਨੂੰ 3 ਵਜੇ 4 ਵਜੇ ਲੋਕਾਂ ਨੂੰ ਭੋਜਨ ਵਰਤਾਉਂਦਿਆਂ ਹੋਇਆਂ ਦੇਖਿਆ ਤੇ ਮੈਂ ਹੈਰਾਨ ਹਾਂ। ਤੇ ਜਦੋਂ ਕਹਿਣ ਲੱਗੇ ਸਰਦਾਰ ਜੀ 4 ਦਿਨ ਪਹਿਲਾਂ ਆਪਣੇ ਹੋਟਲ ਦੇ ਵਿੱਚ ਆਏ ਤੇ ਮੈਨੂੰ ਚਾਹ ਚੜ੍ਹ ਗਿਆ ਵੀ ਕੋਈ ਨੇ ਜਿਹੜੇ 3 ਵਜੇ ਉੱਠ ਕੇ ਬਾਣੀ ਪੜ੍ਹਦੇ ਨੇ, 3 ਵਜੇ ਉੱਠ ਕੇ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਨੇ, 4 ਵਜੇ ਲੋਕਾਂ ਦੇ ਮੂੰਹਾਂ ਵਿੱਚ ਭੋਜਨ ਪਹੁੰਚਾਉਂਦੇ ਨੇ, ਇਹ ਉਹਨਾਂ ਵਿੱਚੋਂ ਹੀ ਹੈ। ਤੇ ਕਹਿਣ ਲੱਗੀ ਮੈਂ ਦੇਖਦੀ ਪਈ ਸੀ, ਪਰ ਪੁੱਛਿਆ ਵੀ ਤੂੰ ਕਮਰੇ 'ਚ ਕੀ ਦੇਖਦੀ ਪਈ ਸੀ? ਉਹ ਕਹਿੰਦੀ ਮੈਂ ਦੇਖਦੀ ਸਾਂ ਵੀ ਜਿਹੜੇ ਸਿੱਖ ਹੁੰਦੇ ਨੇ ਇਹ ਗੁਰਦੁਆਰਿਆਂ ਵਿੱਚ 3 ਵਜੇ ਸਵੇਰੇ ਉੱਠਦੇ, ਕਮਰੇ ਵਿੱਚ ਵੀ 3 ਵਜੇ ਉੱਠਦੇ ਆ। ਇਹ ਦੇਖਣਾ ਚਾਹੁੰਦੀ ਸੀ, ਇਹ ਘਰਾਂ ਦੇ ਵਿੱਚ ਵੀ 3 ਵਜੇ ਉੱਠ ਕੇ ਸਵੇਰੇ ਬਾਣੀ ਪੜ੍ਹਦੇ, ਗੁਰਦੁਆਰਿਆਂ ਵਿੱਚ ਹੀ ਬਾਣੀ ਪੜ੍ਹਦੇ ਆ। ਮੈਂ ਤਾਂ ਇਹ ਦੇਖਣਾ ਚਾਹੁੰਦੀ ਸੀ ਤੇ ਮੈਨੂੰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਜਦੋਂ ਇਹ ਸਰਦਾਰ ਆਇਆ, ਇਹ ਆਪਣੇ ਕਮਰੇ 'ਚ ਬੈਠਾ ਸੀ, ਕੋਈ ਨਹੀਂ ਸੀ ਦੇਖ ਰਿਹਾ। ਇਹ ਸਵੇਰੇ ਉੱਠਿਆ 3 ਵਜੇ, ਇਸ਼ਨਾਨ ਕੀਤਾ ਤੇ ਆਪਣੇ ਬੈੱਡ ਉੱਤੇ ਬੈਠ ਕੇ ਆਪਣੇ ਗੁਰੂ ਦੀ ਬਾਣੀ ਨੂੰ ਪੜ੍ਹਦਾ ਪਿਆ ਸੀ ਤੇ ਮੈਨੂੰ ਭਰੋਸਾ ਹੋ ਗਿਆ ਜਿਹੜਾ ਸਿੱਖ ਹੁੰਦਾ ਨਾ ਉਹ ਇਕੱਲਾ ਗੁਰਦੁਆਰਿਆਂ ਵਿੱਚ ਨਹੀਂ ਬਾਣੀ ਪੜ੍ਹਦਾ, ਉਹ ਘਰਾਂ ਵਿੱਚ ਵੀ ਪੜ੍ਹਦਾ ਹੁੰਦਾ। ਉਹ ਇਕੱਲਾ ਕੇਵਲ ਗੁਰਦੁਆਰਿਆਂ ਵਿੱਚ ਨਹੀਂ ਵੰਡਦਾ ਹੁੰਦਾ, ਉਹ ਸਾਰੀਆਂ ਥਾਵਾਂ ਤੇ ਵੰਡਦਾ ਹੁੰਦਾ। ਇਹ ਸਾਰੀਆਂ ਥਾਵਾਂ ਤੇ ਇੱਕੋ ਜਿਹੇ ਰਹਿੰਦੇ ਨੇ, ਇਹਨਾਂ ਦਾ ਜੀਵਨ ਸਾਰੀਆਂ ਥਾਵਾਂ ਤੇ ਇੱਕੋ ਜਿਹਾ ਹੀ ਹੁੰਦਾ ਤੇ ਸਤਿਗੁਰੂ ਉਹੀ ਹੈ, ਸਿੱਖ ਵੀ ਉਹੀ ਹੈ ਜਿਹੜਾ ਹਰ ਥਾਂ ਤੇ ਇੱਕੋ ਜਿਹਾ ਹੀ ਹੈ। ਉਹ ਗੁਰਦੁਆਰੇ ਵੀ ਸਿੱਖ ਹੈ, ਉਹ ਬਾਜ਼ਾਰ ਵਿੱਚ ਵੀ ਸਿੱਖ ਹੈ, ਉਹ ਅਮਰੀਕਾ ਕੈਨੇਡਾ ਵਿੱਚ ਵੀ ਸਿੱਖ ਹੈ, ਉਹ ਪਿੰਡ ਵਿੱਚ ਰਹਿੰਦਾ ਉੱਥੇ ਵੀ ਸਿੱਖ ਹੈ। ਇਹ ਨਹੀਂ ਹੈ ਵੀ ਅਸੀਂ ਘਰ ਵਿੱਚ ਕੁਛ ਹੋਰ ਤੇ ਬਾਹਰ ਕੁਛ ਹੋਰ, ਸਿੱਖ ਦੀ ਜ਼ਿੰਦਗੀ ਦੋਗਲੀ ਨਹੀਂ ਹੈ, ਸਿੱਖ ਇੱਕੋ ਹੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਬਸ ਇਹ ਗੱਲ ਆਪਾਂ ਪੱਲੇ ਨਹੀਂ ਮੰਨਦੇ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਜਿੰਨੀ ਸਵਾਸਾਂ ਦੀ ਪੂੰਜੀ ਮਾਤਾ ਬਲਵੀਰ ਕੌਰ ਜੀ ਨੂੰ ਪਾਤਸ਼ਾਹ ਨੇ ਬਖਸ਼ੀ, ਉਹਨਾਂ ਨੇ ਸੰਪੂਰਨ ਕੀਤੀ। ਰੋਗ ਨੇ, ਬਿਮਾਰੀਆਂ ਨੇ, ਇਹ ਗੁਰਮੁਖ ਇਹ ਕਹਿ ਲਓ ਵੀ ਇੱਕ ਜ਼ਰੀਆ ਨੇ ਸਾਨੂੰ ਮੌਤ ਵੱਲ ਲੈ ਕੇ ਦਿੱਤਾ। ਉਹਦਾ ਹੁਕਮ ਹੈ ਜਿੰਨੇ ਸਵਾਸ ਨੇ ਨਾ ਉਸ ਤੋਂ ਇੱਕ ਵੱਧ ਵੱਧ ਮਹਿਸੂਸ ਕਰ, ਜਿੰਨੀ ਬਖਸ਼ੀ ਸੀ ਉਨੀ ਉਹਨਾਂ ਬਤੀਤ ਕੀਤੀ ਹੈ। ਪਿੱਛੇ ਪਰਿਵਾਰ ਨੇ ਭਾਈ ਗੁਰਦੀਪ ਸਿੰਘ ਜੀ ਉਹਨਾਂ ਦੇ ਪਰਿਵਾਰ ਲਈ ਆਪਾਂ ਅਰਦਾਸ ਕਰੀਏ, ਪਾਤਸ਼ਾਹ ਕਿਰਪਾ ਕਰਿਓ ਆਪ ਸਦਾ ਇਹਨਾਂ ਬੱਚਿਆਂ ਦੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਕਰੀਏ।
ਪਿਆਰੇ ਹੀਰ ਨਿਧਾਨ ਸਿੰਘ ਜੀ ਨੇ ਜੋ ਸਰਦਾਰ ਪਿਆਰ ਵਾਸਤੇ ਇਹਨਾਂ ਦਾ ਧੰਨਵਾਦ ਹੈ। ਸੋ ਆਪ ਜਿਤਨੇ ਬੈਠੇ ਹੋ ਜੋ ਜੀਵ ਚੜ੍ਹਾਈ ਗੁਰਮੁਖ ਕਰ ਗਿਆ ਉਹਦੇ ਲਈ ਤਾਂ ਅਰਦਾਸ ਹੋ ਜਾਂਦੀ ਹੈ, ਪਰ ਜਦੋਂ ਵੀ ਅਸੀਂ ਇੱਕ ਨਿਯਮ ਬਣਾਈਏ ਕਿ ਜੋ ਬਾਕੀ ਪਰਿਵਾਰ ਹੈ ਉਹਦੇ ਲਈ ਅਸੀਂ ਗੱਲ ਗੱਲ ਅਰਦਾਸ ਕਰਿਆ ਕਰੀਏ, ਸਾਡੇ ਗੁਰੂ ਪਾਤਸ਼ਾਹ ਪਿੱਛੇ ਜੋ ਪਰਿਵਾਰ ਹੈ ਉਸ ਪਰਿਵਾਰ ਨੂੰ ਚੜ੍ਹਦੀਆਂ ਕਲਾਂ, ਨਾਮ ਦੀਆਂ ਦਾਤਾਂ, ਸਿਮਰਨ ਦੀਆਂ ਦਾਤਾਂ, ਸਿੱਖੀ ਦੀਆਂ ਦਾਤਾਂ ਬਖਸ਼ੋ, ਪਰਿਵਾਰ ਦੇ ਉੱਪਰ ਪਾਤਸ਼ਾਹ ਸਦਾ ਦਾ ਮਿਹਰ ਭਰਿਆ ਹੱਥ ਰੱਖਣ, ਔਰ ਬੀਬੀ ਜੀ ਹੋਰਾਂ ਨੂੰ ਸਦੀਵੀ ਕਾਲ ਦੇ ਲਈ ਆਪਣੇ ਚਰਨਾਂ ਦਾ ਨਿਵਾਸ ਬਖਸ਼ਣ। ਭੁੱਲਾਂ ਨਾਨਕਾਂ ਦੀ ਕੀਮਾ, ਧੰਨਵਾਦ ਆਪ ਸੰਗਤਾਂ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਗੁਰੂ ਦੇ ਬਚਨ ਸਰਵਨ ਕੀਤੇ ਨੇ। ਫਤਿਹ ਬੁਲਾਓ ਆਪੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।